ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ। ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ। ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ, ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ। ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ। ਸਾਰੇ ਕਰੋ ਬੇਨਤੀ, ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ, ਤੇਰੇ ਹੱਥ ਡੋਰ ਸਾਈਆਂ ਸਾਡਾ ਕੋਈ ਜੋਰ ਨਾ, ਵਾਜੋ ਦੁਖੀ ਆਂਦਾ ਰੱਬਾ ਕੋਈ ਹੋਰ ਨਾ, ਤੇਰੇ ਵਾਜੋ ਦੁਖੀ ਆਂਦਾ ਰੱਬਾ ਕੋਈ ਹੋਰ ਨਾ।
ਮੇਰੇ ਹੱਥ ਬੇੜੀ ਦਾਤਾ ਡੋਬ ਭਾਵੇਂ ਤਾਰ ਦੇ, ਤੇਰੇ ਹੱਥ ਬੇੜੀ ਦਾਤਾ ਡੋਬ ਭਾਵੇਂ ਤਾਰ ਦੇ। ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ। ਡੰਡਾਉਤ ਬੰਧਨ ਅਨਕਵਾਰ ਸਰਬ ਕਲਾ, ਡੋਲਣ ਤੇਰਾ ਖੋ ਪ੍ਰਭੂ, ਕਰਮ ਸਨਮਾਨ ਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਰਲ ਮਿਲ ਕਰਕੇ ਹਾਜ਼ਰੀ ਭਰ ਰਹੇ ਹੋ, ਭਾਗ ਜਾਗੇ ਹਨ ਤੁਹਾਡੇ ਵੀ ਅਤੇ ਸਾਡੇ ਵੀ, ਕਿਉਂਕਿ ਘੋਰ ਕਲਯੁੱਗ ਦਾ ਸਮਾਂ ਹੈ। ਐਸੇ ਸਮੇਂ ਵਿੱਚ ਨਾਮ ਜਪਣਾ, ਸੇਵਾ ਕਰਨੀ, ਭਜਨ ਕਰਨਾ ਅਤੇ ਸਤਸੰਗ ਵਿੱਚ ਬਹਿਣਾ ਬਹੁਤ ਔਖਾ ਹੈ ਭਾਈ। ਫਿਰ ਵੀ ਅਕਾਲ ਪੁਰਖ ਦਾ ਸ਼ੁਕਰ ਹੈ ਜੋ ਸੰਤ ਬਾਬਾ ਮੁਖਤਿਆਰ ਸਿੰਘ ਜੀ ਵਰਗੀਆਂ ਪਵਿੱਤਰ ਰੂਹਾਂ ਸੰਸਾਰ ਵਿੱਚ ਭੇਜੀਆਂ, ਜਿਹੜੇ ਸਮੇਂ ਸਮੇਂ 'ਤੇ ਉੱਦਮ ਉਪਰਾਲਾ ਕਰਦੇ ਨੇ, ਸੰਗਤ ਨੂੰ ਪ੍ਰੇਰ ਕੇ ਨਾਮ ਬਾਣੀ ਨਾਲ ਜੋੜਦੇ ਨੇ, ਇਹਨਾਂ ਦਾ ਵੀ ਧੰਨਵਾਦ ਅਤੇ ਸੰਗਤ ਦਾ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਕਿਉਂਕਿ ਜੇ ਸੰਗਤ ਸਹਿਯੋਗ ਨਾ ਦੇਵੇ ਤਾਂ ਬਾਣੀ ਵੀ ਕਿਹਨੂੰ ਸੁਣਾਵਾਂਗੇ ਭਾਈ, ਫਿਰ ਆ ਦੀਵਾਨ ਵੀ ਕਿੱਥੋਂ ਸਜਣਗੇ। ਤੁਹਾਡਾ ਵੀ ਧੰਨਵਾਦ ਹੈ ਜੀ ਆਇਆਂ ਨੂੰ। ਆਓ, ਕਾਫੀ ਸਮੇਂ ਤੋਂ ਬੈਠ ਕੇ ਆਪ ਜੀ ਗੁਰਬਾਣੀ ਦੇ ਕੀਰਤਨ, ਢਾਡੀ ਸਿੰਘਾਂ ਤੋਂ ਗੁਰੂ ਘਰ ਦਾ ਇਤਿਹਾਸ, ਗ੍ਰੰਥੀ ਸਿੰਘਾਂ ਤੋਂ ਪਰਮੇਸ਼ਰ ਦੇ ਬੋਲ, ਅੰਮ੍ਰਿਤ ਬਾਣੀ ਸਰਵਨ ਕਰ ਰਹੇ ਹੋ। ਸਾਡੇ ਜਥੇ ਦੀ ਵੀ ਹਾਜ਼ਰੀ ਪ੍ਰਵਾਨ ਕਰੋ, ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਭ ਮਾਈ ਭਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ
ਸੱਚਖੰਡ ਵਾਸੀ ਕਹਿਣੀ ਔਰ ਕਰਨੀ ਦੇ ਪੂਰੇ ਸਭ ਦੇ ਦਿਲਾਂ ਵਿੱਚ ਵਸੇ ਹੋਏ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਔਰ ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਸ਼, ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਹੋ ਰਿਹਾ ਹੈ। ਕਈ ਸਾਲਾਂ ਤੋਂ ਲਾ ਕੇ ਆਪਾਂ ਨੂੰ ਬਾਬਾ ਜੀ ਪ੍ਰੇਮ ਦਾ ਸੱਦਾ ਭੇਜਦੇ ਹੈ ਅਤੇ ਆਪਾਂ ਦਰਸ਼ਨ ਕਰਨ ਵਾਸਤੇ ਸੰਗਤ ਦੇ ਆਉਂਦੇ ਹਾਂ। ਸੰਗਤ ਵਿੱਚ ਬੈਠ ਕੇ ਇਸ ਪਾਵਨ ਸਥਾਨ ਨਾਨਕ ਸਰ ਭਗਤੀ ਦਾ ਘਰ ਬੀੜ ਬ੍ਰਹਿਮਣ ਵਿਖੇ ਕੋਈ ਬਾਣੀ ਪੜ੍ਹ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਲੰਗਰ ਦੇ ਵਿੱਚ ਪ੍ਰਸ਼ਾਦਾ ਦਾਲਾਂ ਸਬਜ਼ੀਆਂ ਫਲ ਮਠਿਆਈਆਂ ਲੈ ਕੇ ਪਹੁੰਚ ਰਿਹਾ, ਕੋਈ ਤਨ ਕਰਕੇ ਸੇਵਾ ਕਰ ਰਿਹਾ, ਬੈਠ ਕੇ ਬਾਣੀ ਸੁਣਨੀ, ਇਹ ਤਨ ਦੀ ਸੇਵਾ ਹੈ। ਘਰੋਂ ਪ੍ਰਸ਼ਾਦਾ ਗੁਰੂ ਕਾ ਲੰਗਰ ਤਿਆਰ ਕਰਕੇ ਲਿਆਉਣਾ ਭਾਈ, ਇਹਦੇ ਨਾਲ ਤਨ ਵੀ ਸਫਲ ਅਤੇ ਜਿਹੜੇ ਸਾਡੇ ਭੋਜਨ ਪਦਾਰਥ ਨੇ ਇਹ ਵੀ ਸਫਲ। ਆਖੋ ਸਤਨਾਮ। ਦੇਖੋ ਜਦੋਂ ਘਰਾਂ ਵਿੱਚ ਲੰਗਰ ਬਣਦਾ ਹੈ, ਪਹਿਲਾਂ ਇੱਛਾ ਹੁੰਦੀ ਹੈ ਕਿ ਗੁਰੂ ਘਰ ਵਾਸਤੇ ਆਪਾਂ ਲੈ ਕੇ ਜਾਣਾ ਹੈ। ਗੁਰੂ ਘਰ ਵਾਸਤੇ ਤਾਂ ਜਿਹੜਾ ਪਦਾਰਥ ਆਉਣਾ ਉਹ ਤਾਂ ਆਉਣਾ ਹੀ ਆਉਣਾ, ਅਤੇ ਆਪਣੇ ਘਰਾਂ ਦੇ ਪਦਾਰਥ ਵੀ ਸਫਲ ਹੋ ਜਾਂਦੇ ਹੈ, ਕਿਉਂਕਿ ਮਾਲਕ ਦੀ ਯਾਦ ਆ ਗਈ। ਮਹਾਰਾਜ ਕਹਿੰਦੇ ਜਿੱਤ ਮੁੱਖ ਨਾਮ ਨਾ ਉੱਚਰ ਹੈ, ਬਿਨ ਨਾਵੈ ਰਸ ਖਾਹੇ। ਕਹਿੰਦੇ ਜਿਹੜੇ ਇਨਸਾਨ ਆਪਣੇ ਮੂੰਹੋਂ ਰੱਬ ਦਾ ਨਾਮ ਨਹੀਂ ਲੈਂਦੇ, ਭਜਨ ਨਹੀਂ ਕਰਦੇ, ਬਿਨਾਂ ਹੀ ਨਾਮ ਤੋਂ ਫਿਰਦੇ ਨੇ ਅਤੇ ਹੋਰ ਰਸ ਦੁਨੀਆਦਾਰੀ ਦੇ ਚੱਖ ਰਹੇ ਹੈ, ਉਹ ਤਾਂ ਤੁਹਾਨੂੰ ਸਾਥੋਂ ਵੱਧ ਪਤਾ ਕੀ ਕੁਛ ਹੈ ਸੰਸਾਰ ਵਿੱਚ। ਹੋਰ ਬਾਹਰੀ ਰਸਾਂ ਨੂੰ ਤਾਂ ਮਾਣਦੇ ਨੇ ਪਰ ਸਿਮਰਨ ਨਹੀਂ ਕਰਦੇ, ਸਤਸੰਗ ਨਹੀਂ ਕਰਦੇ। ਉਹਨਾਂ ਬਾਰੇ ਮਹਾਰਾਜ ਕਹਿੰਦੇ ਨਾਨਕ ਏਵੈ ਜਾਣੀ ਹੈ, ਉਹਨਾਂ ਨੂੰ ਇਸ ਤਰ੍ਹਾਂ ਜਾਣੋ। ਹੁਣ ਸਵਾਲ ਹੋ ਗਿਆ ਉਹਨਾਂ ਨਾਲ ਵੀ ਕਿਵੇਂ, ਉਹ ਵੀ ਦੱਸਿਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ। ਕਹਿੰਦੇ ਅੰਨ ਹੈ ਜਿਹੜਾ ਇਹ ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ। ਮਹਾਰਾਜ ਨੇ ਤਾਂ ਬਹੁਤ ਸਤਿਕਾਰ ਦਿੱਤਾ ਹੈ, ਪਾਵਨ ਗੁਰੂ ਪਾਣੀ ਪਿਤਾ ਸਤਿਕਾਰ ਦਿੱਤਾ ਹੈ। ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਅੰਨ ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ। ਅੰਨ ਪਾਣੀ ਤਿਆਰ ਕਰਨ ਵਾਸਤੇ ਅੱਗ ਦੀ ਵੀ ਲੋੜ ਪੈਂਦੀ ਹੈ, ਅਗਨੀ ਵੀ ਦੇਵਤਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਅੱਗ ਦੇ ਸਮੇਤ ਜਦੋਂ ਘਿਓ ਦੇ ਤੜਕੇ ਲਾ ਕੇ ਘਿਓ ਨੂੰ ਪੰਜਵਾਂ ਸ਼ਬਦ ਜਿਹੜਾ ਵਰਤਿਆ ਨਾ, ਘਿਓ ਨੂੰ ਕਿਹਾ ਜਾਂਦਾ ਵੀ ਪੰਜਵਾਂ ਪਾ ਦਿਉ ਭਾਈ। ਚੰਗਾ ਘਿਓ ਪਾ ਕੇ ਲੂਣ ਮਿਰਚਾਂ ਮਸਾਲੇ ਪਾ ਕੇ ਆਪਾਂ ਸੋਹਣੇ ਪਕਵਾਨ ਤਿਆਰ ਕਰ ਲੈਂਦੇ ਹਾਂ, ਹੈ ਤਾਂ ਉਹੀ ਦੇਵਤੇ ਪਰ ਜਦੋਂ ਆਪਣੇ ਸਰੀਰ ਦੇ ਅੰਦਰ ਜਾਂਦੇ ਨੇ ਫਿਰ ਉਹ ਕੀ ਬਣ ਜਾਂਦੇ ਹੈ, ਗੰਦਗੀ ਦਾ ਰੂਪ ਬਣ ਜਾਂਦੇ ਆ। ਆਖੋ ਸਤਨਾਮ। ਮਹਾਰਾਜ ਕਹਿੰਦੇ ਜਿਹੜੇ ਸਰੀਰ ਦਾ ਤੂੰ ਮਾਣ ਕਰੀ ਜਾਂਦਾ ਨਾ, ਇਹਦਾ ਹਾਲ ਦੇਖ ਲਾ ਕੀ ਹੈ। ਅੰਨ ਪਾਣੀ ਹੈ ਦੇਵਤੇ ਪਰ ਜਦੋਂ ਇਸ ਸਰੀਰ ਦੇ ਨਾਲ ਮਿਲੇ ਉਹ ਜਾਂਦੇ ਗੰਦਗੀ ਦਾ ਰੂਪ ਹੋ ਗਏ, ਅਤੇ ਜੇ ਕਿਤੇ ਗੰਦਗੀ ਪਈ ਹੋਵੇ, ਬਿਸ਼ਟਾ ਪਈ ਹੋਵੇ, ਆਪਾਂ ਦੇਖ ਕੇ ਥੁੱਕ ਕੇ ਲੰਘਦੇ ਹਾਂ। ਕਈ
ਗੁਰੂ ਨਾਨਕ ਸਾਹਿਬ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਸੋਹਣਾ ਖਾਣਾ ਤਿਆਰ ਹੋ ਗਿਆ ਪਰ ਪਾਪੀ ਸਿਉਂ ਤਨ ਗੱਡਿਆ। ਸਰੀਰ ਦੀ ਗੱਲ ਕੀਤੀ ਹੈ, ਕਹਿੰਦੇ ਉਹੀ ਦੇਵਤੇ ਘਿਓ ਅੰਨ ਪਾਣੀ ਜਦੋਂ ਇਸ ਪਾਪੀ ਸਰੀਰ ਦੇ ਨਾਲ ਰਲ ਗਏ ਨਾ, ਵਿੱਚ ਚਲੇ ਗਏ ਸਰੀਰ ਦੇ, ਥੁੱਕਾਂ ਪਈਆਂ ਤਿੱਤ, ਹੈ ਤਾਂ ਦੇਵਤੇ ਸੀ ਪਰ ਗੰਦਗੀ ਦਾ ਰੂਪ ਬਣ ਕੇ ਬਾਹਰ ਆਏ ਨੇ। ਅਗਲਾ ਦੇਖ ਕੇ ਥੁੱਕ ਕੇ ਲੰਘਦਾ ਹੈ, ਥੁੱਕਾਂ ਪਈਆਂ ਤਿੱਤ, ਜਿਵੇਂ ਉਹ ਹੈ ਨਾ, ਹੈ ਤਾਂ ਦੇਵਤੇ ਪਰ ਸਰੀਰ ਨਾਲ ਮਿਲਣ ਕਰਕੇ ਉਹ ਗੰਦਗੀ ਦਾ ਰੂਪ ਹੋ ਗਏ। ਮਹਾਰਾਜ ਕਹਿੰਦੇ ਜਿੱਤ ਮੁੱਖ ਨਾਮ ਨਾ ਉੱਚਰ ਹੈ, ਬਿਨ ਰਾਵੈ ਰਸ ਖਾਹੇ ਨਾਨਕ ਏਵੈ ਜਾਣੀ ਹੈ, ਤਿੱਤ ਮੁੱਖ ਥੁੱਕਾਂ ਪਾਹੇ। ਆਹ ਜਿਹੜੇ ਸਤਸੰਗ ਵਿੱਚ ਆਉਂਦੇ ਹੋ ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ, ਪਰਮਾਤਮਾ ਰੋਜ਼ ਹੀ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਵਾਵੇ। ਮਹਾਰਾਜ ਕਹਿੰਦੇ ਜਿਹੜੇ ਭਜਨ ਬੰਦਗੀ ਸੇਵਾ ਨਹੀਂ ਕਰਦੇ, ਨਾਮ ਨਹੀਂ ਜਪਦੇ, ਉਹਨਾਂ ਨੂੰ ਗੰਦਗੀ ਦੀ ਤਰ੍ਹਾਂ ਹੀ ਜਾਣੋ, ਉਹਨਾਂ ਦੇ ਤਾਂ ਦੇਖ ਕੇ ਥੁੱਕਾਂ ਹੀ ਪੈਂਦੀਆਂ। ਆਖੋ ਸਤਨਾਮ। ਦੇਖਦੇ ਹੀ ਉਹ ਮਨਮੁੱਖਾਂ ਦਾ ਕੈਸਾ ਹਾਲ ਹੈ ਸੰਸਾਰ ਦੇ ਅੰਦਰ ਭਾਈ, ਬਹੁਤ ਬੁਰਾ ਹਾਲ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਦਹੀਂ ਜਦੋਂ ਰਿੜਕੀ ਦੀ ਆ, ਦੇਖਦੇ ਹੋ ਨਾ ਦਹੀਂ ਦਾ ਮਧਾਣੀ ਕੀ ਹਾਲ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਸਤਸੰਗ ਸੇਵਾ ਸਿਮਰਨ ਤੋਂ ਬਾਹਰ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਐਂ ਸਜ਼ਾ ਮਿਲਦੀ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਹਨੂੰ ਭਾਈ ਗੁਰੂ ਦੀ ਬਾਣੀ ਵਿਸਰ ਗਈ ਉਹ ਤਾਂ ਪੱਕੇ ਰੋਗੀ ਵਾਂਗੂ ਬਿਲਕਦੇ ਹੈ। ਇਹ ਸਮਝਾਇਆ ਸਾਨੂੰ। ਐਂ ਕਈ ਲੋਕ ਫਿਰ ਉਹ ਵੀ ਸਮਝਦੇ ਆ ਨਾ ਵੀ ਧਰਮ ਦਾ ਡਰਾਵਾ ਦਿੱਤਾ ਜਾਂਦਾ ਹੈ, ਇਹ ਡਰਾਵਾ ਨਹੀਂ ਹੈ ਗੁਰਮੁਖੋ। ਹੁਣ ਜੇ ਕੋਈ ਦੱਸੇ ਵੀ ਤੇਰੇ ਮੂਹਰੇ ਆ ਖੂਹ ਭਾਈ ਤੁਰਿਆ ਤਾਂ ਜਾਣਾ ਹੈ, ਪਾਸਾ ਕਰ ਲੈ, ਜਾਂ ਸਿੱਧਾ ਹਿਸਾਬ ਲਾ ਲਓ, ਸੜਕ ਦਾ ਕੰਮ ਚੱਲਦਾ ਹੋਵੇ, ਮੂਹਰੇ ਇੱਟਾਂ ਵੱਟੇ ਰੋੜੇ ਪਾਏ ਪਏ ਹੋਣ, ਜੇ ਕੋਈ ਪਹਿਲਾਂ ਦੱਸ ਦੇ ਵੀ ਵੀਰ ਜੀ ਰਸਤਾ ਬਦਲ ਲਓ, ਇਹ ਰਸਤੇ ਵਿੱਚ ਕੰਮ ਚੱਲਦਾ, ਤੁਹਾਨੂੰ ਦਿੱਕਤ ਆਏਗੀ, ਫਿਰ ਉਹਨੂੰ ਆਪਾਂ ਕੀ ਕਹਾਂਗੇ? ਇਹ ਤਾਂ ਨਹੀਂ ਕਹਿ ਸਕਦੇ ਵੀ ਸਾਨੂੰ ਡਰਾਉਂਦਾ ਹੈ। ਉਹਨੇ ਸਾਨੂੰ ਰਾਹ ਦੱਸਿਆ ਵੀ ਤਾਂ ਕਿ ਤੇਰਾ ਸਫ਼ਰ ਸੌਖਾ ਹੋ ਜੇ। ਗੁਰਬਾਣੀ ਵੀ ਡਰਾ ਨਹੀਂ ਰਹੀ, ਸਾਨੂੰ ਸਮਝਾ ਰਹੀ ਹੈ ਮਹੀਨਾ ਕੱਤਕ ਦਾ। ਮਹਾਰਾਜ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ, ਪਰਮੇਸ਼ਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ। ਕੱਤਕ ਦੇ ਮਹੀਨੇ ਵਿੱਚ ਦੱਸਿਆ, ਕਹਿੰਦੇ ਜਿਹੇ ਜੇ ਕਰਮ ਤੂੰ ਕਰਦਾ ਹੈ ਤੈਨੂੰ ਫਲ ਵੀ ਉਹੋ ਜਿਹਾ ਹੀ ਭੋਗਣਾ ਪੈਂਦਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਪਤਾ ਕੀ ਕੀਤੇ ਹੈ, ਕਹਿੰਦੇ ਦੇਹੇ ਸ਼ਿਵਾ ਵਰ ਮੋਹੇ ਇਹ ਹੈ ਸ਼ੁਭ ਕਰਮਨ 'ਤੇ ਕਬਹੂੰ ਨਾ ਟਰੂ। ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰ ਵਰ ਐਸਾ ਦੇ ਦੇ ਅਸੀਂ ਸ਼ੁਭ ਕਰਮ ਕਰਦੇ ਹੀ ਰਹੀਏ, ਕਿਤੇ ਟਲ ਨਾ ਜਾਈਏ। ਭਾਵ ਚੰਗੇ ਕਰਮਾਂ ਦਾ ਫਲ ਸੁੱਖ ਦਾ ਰੂਪ ਮਿਲਦਾ, ਮਾੜੇ ਕਰਮਾਂ ਦਾ ਫਲ ਭਾਈ ਦੁੱਖ ਦਾ ਰੂਪ ਹੋ ਕੇ ਮਿਲਦਾ। ਇਸੇ ਕਰਕੇ ਮਹਾਰਾਜ ਦੇ ਚਰਨਾਂ 'ਚ ਆਪਾਂ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ। ਲਓ ਸਾਰੀ ਸੰਗਤ ਸਾਥ ਦਿਆ ਕਰੋ। ਬਖਸ਼ੀ ਗੁਰ ਮੇਰਿਆ
ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਦਰਗਾਹ ਦੇ ਹਰੀਆਂ ਵੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਵੇਲਾਂ ਧਰਮ ਦੀਆਂ, ਦਰਗਾਹ ਦੇ ਹਰੀਆਂ ਵੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਵੇਲਾਂ ਧਰਮ ਦੀਆਂ, ਇਹੋ ਜੱਗ ਸੱਚੇ ਕੀ ਹੈ ਕੋਠੜੀ। ਆਹ ਜਿਹੜਾ ਸੰਸਾਰ ਵੇਖਦੇ ਹਾਂ ਇਹ ਰੱਬ ਦੀ ਦਰਗਾਹ ਹੈ ਭਾਈ, ਅਤੇ ਇੱਥੇ ਜੜ ਕਿਹਦੀ ਹਰੀ ਰਹਿੰਦੀ ਹੈ, ਸੰਸਾਰ ਵਿੱਚ ਨਾਮ ਕਿਹਨਾਂ ਦਾ ਰਹਿੰਦਾ ਹੈ, ਜਿਹੜੇ ਧਰਮੀ ਪੁਰਸ਼ ਨੇ। ਆਖੋ ਸਤਨਾਮ। ਕੱਲ੍ਹ ਆਪਾਂ ਰਲ ਮਿਲ ਕਰਕੇ ਗੁਰੂ ਜੀ ਦੀ ਬਖਸ਼ਿਸ਼ ਨਾਲ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼, ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੂੰ ਕਹਿੰਦੇ ਹਾਂ, ਉਹਨਾਂ ਦਾ ਇਤਿਹਾਸ ਆਪਾਂ ਸਾਂਝਾ ਕੀਤਾ। ਜਨਮਦਿਨ ਤੋਂ ਲਾ ਕੇ ਅਵਤਾਰ ਦਿਹਾੜੇ ਤੋਂ ਲਾ ਕੇ ਕਿਵੇਂ ਉਹਨਾਂ ਨੇ ਤਪੱਸਿਆ ਕੀਤੀ, ਕਿੰਨੇ ਕਸ਼ਟ ਝੱਲੇ, ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਆਈਆਂ, ਪਰ ਜਦੋਂ ਵੀ ਮਨ ਨੂੰ ਕੋਈ ਚੋਟ ਲੱਗਦੀ ਸੀ ਉਦੋਂ ਧਰਮ ਵੱਲ ਮੁੱਖ ਕਰਦੇ ਸੀ। ਆਖੋ ਸਤਨਾਮ। ਸਾਧੂਆਂ ਦੀ ਸੰਗਤ ਕੀਤੀ ਅਤੇ ਸੰਗਤ ਨੇ ਰੰਗਤ ਐਸੀ ਚਾੜ੍ਹਤੀ, ਭਜਨ ਬੰਦਗੀ ਨਾਲ ਜੁੜ ਗਏ, ਗੁਰੂ ਗੁਰੂ ਕਰਦੇ ਹੋਏ ਗੁਰੂ ਦਾ ਹੀ ਰੂਪ ਹੋ ਗਏ। ਆਖੋ ਸਤਨਾਮ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਕਹਿੰਦੇ ਜਦੋਂ ਤੇਰਾ ਮੇਰਾ ਪਰਾਇਆ ਅਤੇ ਆਪਣਾ ਮਿਟ ਗਿਆ ਨਾ, ਫਿਰ ਤਾਂ ਜਿੱਥੇ ਵੀ ਦੇਖਾਂ ਮਾਲਕਾ ਤੇਰੇ ਹੀ ਦਰਸ਼ਨ ਹੁੰਦੇ ਨੇ। ਸੰਗਤ ਵਿੱਚੋਂ ਵੀ ਗੁਰੂ ਨਾਨਕ ਜੀ ਨੂੰ ਦੇਖਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ,
ਭੋਜਨ ਛਕਣਾ, ਪਹਿਲਾਂ ਗੁਰੂ ਜੀ ਨੂੰ ਪ੍ਰਗਟ ਕਰਕੇ ਪ੍ਰਤੱਖ ਲੰਗਰ ਛਕਾਉਣਾ। ਆਖਾ ਸਤਨਾਮ। ਮਿਸਤਰੀ ਸਿੰਘਾਂ ਦਾ ਗੋਤ ਹੈ ਜਿਹੜਾ ਸੱਗੂ, ਜਗਤ ਸਿੰਘ ਸੱਗੂ ਹੋਇਆ ਇੱਕ ਜਗਰਾਉਂ ਵਾਲੇ, ਉਹਨੂੰ ਕਹਿੰਦੇ ਵੀ ਆਪਾਂ ਗੁਰੂ ਨਾਨਕ ਜੀ ਦਾ ਇੱਕ ਸਰੂਪ ਬਣਾਉਣਾ, ਫੋਟੋ ਤਿਆਰ ਕਰਨੀ ਹੈ। ਫੋਟੋ ਆਮ ਲੋਕਾਂ ਦੀ ਹੁੰਦੀ ਹੈ, ਗੁਰੂ ਸਾਹਿਬਾਨਾਂ ਦੇ, ਭਗਤਾਂ ਦੇ, ਸੰਤ ਮਹਾਂਪੁਰਖਾਂ ਦੇ ਸਰੂਪ ਹੁੰਦੇ ਨੇ, ਧਿਆਨ 'ਚ ਰੱਖਣਾ। ਅਤੇ ਜਦੋਂ ਸਰੂਪ ਬਣਾਉਣ ਲੱਗੇ, ਬਣਾਉਣ ਵਾਲਾ ਕਹਿੰਦਾ ਜੀ ਜਿਹਨੂੰ ਕਦੇ ਵੇਖਿਆ ਹੀ ਨਾ ਹੋਵੇ ਉਹਦਾ ਆਪਾਂ ਕੀ ਸਰੂਪ ਬਣਾਵਾਂਗੇ। ਸਿੱਧਾ ਸਿੱਧਾ ਭਾਵ ਸੀ ਵੀ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਸਾਡੇ 'ਤੇ ਵੀ ਮਿਹਰ ਕਰ ਦਿਓ, ਸਾਨੂੰ ਵੀ ਕਰਵਾਓ। ਅਤੇ ਗੁਰਮੁਖ ਪਿਆਰਿਓ ਕਹਿੰਦੇ ਠੀਕ ਹੈ ਬਈ, ਇਸ਼ਨਾਨ ਕਰਕੇ ਸਮੇਂ ਨਾਲ ਆ ਜੀ, 12:30 ਬਾਬਾ ਜੀ ਉੱਠ ਕੇ ਇਸ਼ਨਾਨ ਪਾਣ ਕਰਦੇ, ਨਿਤਨੇਮ ਵਿੱਚ ਜੁੜਦੇ। 2:30 'ਤੇ ਉਹ ਸਰੂਪ ਬਣਾਉਣ ਵਾਲਾ ਵੀ ਆ ਗਿਆ, ਆ ਕੇ ਬਹਿ ਗਏ। ਉਹਨਾਂ ਨੇ ਵੀ ਦੇਖਿਆ ਜਦੋਂ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਿਆ, ਗੁਰੂ ਨਾਨਕ ਸਾਹਿਬ ਸਾਖਸ਼ਾਤ ਪ੍ਰਗਟ ਹੋ ਗਏ। ਆਖੋ ਸਤਨਾਮ। ਅਤੇ ਉਹ ਸਰੂਪ ਬਣਾਉਣ ਵਾਲੇ ਨੇ ਨਾ ਕਹਿੰਦੇ ਕਾਫੀ ਟਾਈਮ ਲਾਤਾ। ਬਾਬਾ ਜੀ ਕਹਿੰਦੇ ਵੀ ਕੀ ਗੱਲ ਇੰਨਾ ਸਮਾਂ? ਕਹਿੰਦਾ ਹਾਂਜੀ ਥੋੜ੍ਹਾ ਜਿਹਾ ਰਹਿੰਦਾ, ਉਹ ਜਾਣ ਕੇ ਸਮਾਂ ਲਾਵੇ ਵੀ ਅੱਖੀਆਂ ਚਾਹੁੰਦੀਆਂ ਸੀ ਸਤਿਗੁਰ ਦੇ ਦਰਸ਼ਨ ਕਰ ਲਈਏ। ਜੇ ਆਪਾਂ ਕਹਿਤਾ ਵੀ ਹਾਂ ਤਿਆਰ ਹੈ ਮਹਾਰਾਜ ਚਲੇ ਜਾਣਗੇ, ਫਿਰ ਕੀ ਪਤਾ ਆ ਆਨੰਦ ਬਣਨਾ ਜਾਂ ਨਹੀਂ ਬਣਨਾ। ਸਰੂਪ ਤਿਆਰ ਹੋ ਗਿਆ। ਇੱਕ ਗੱਲ ਕਮਾਲ ਦੀ ਦੇਖਿਓ, ਗੁਰੂ ਨਾਨਕ ਜੀ ਦਾ ਸਰੂਪ ਜਿਹੜਾ ਨਾਨਕਸਰ ਦੀ ਸੰਪਰਦਾ ਦੇ ਵਿੱਚ ਪੂਜਣ ਯੋਗ ਮੰਨਿਆ ਹੈ, ਦਾੜਾ ਚਿੱਟਾ, ਸਰੀਰ ਬਜ਼ੁਰਗ ਅਵਸਥਾ ਦਾ, ਪਰ ਅੱਖਾਂ ਦੇ ਜਿਹੜੇ ਭਰਵੱਟੇ ਸੀ ਉਹ ਕਾਲੇ ਬਿਲਕੁਲ। ਕਿਸੇ ਨੇ ਸਵਾਲ ਕੀਤਾ ਵੀ ਆਹ ਕੀ ਕਾਰਨ? ਅਤੇ ਉਹ ਫੋਟੋ ਸਰੂਪ ਬਣਾਉਣ ਵਾਲਾ ਕਹਿੰਦਾ ਵੀ ਗੁਰੂ ਨਾਨਕ ਦੀਆਂ ਨਜ਼ਰਾਂ ਨਾਲ ਨਜ਼ਰ ਮਿਲਾਉਣੀ ਬਹੁਤ ਔਖੀ ਸੀ, ਉਹਦਾ ਤੇਜ਼ ਪ੍ਰਤਾਪ ਹੀ ਇੰਨਾ ਸੀ, ਮੈਥੋਂ ਦੇਖਿਆ ਹੀ ਨਹੀਂ ਗਿਆ ਕਿੱਦਾਂ ਦੇ ਆਇਆ। ਆਖੋ ਸਤਨਾਮ। ਇਸ ਤਰ੍ਹਾਂ ਭਾਈ ਬਾਣੀ 'ਚ ਲਿਖਿਆ ਨਾ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਘਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਆਪ ਤਾਂ ਤਰਦੇ ਹੀ ਨੇ ਭਜਨ ਕਰਨ ਵਾਲੇ, ਕਈਆਂ ਨੂੰ ਹੋਰ ਵੀ ਤਾਰ ਦਿੰਦੇ ਆ। ਆਖੋ ਸਤਨਾਮ। ਸੋ ਆਪਾਂ ਵੀ ਕੋਸ਼ਿਸ਼ ਕਰਨੀ ਹੈ ਜਿਵੇਂ ਮਹਾਂਪੁਰਖਾਂ ਨੇ ਕਿੰਨੀਆਂ ਸੰਗਤਾਂ ਨੂੰ ਤਾਰਿਆ। ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਇਹਨਾਂ ਨੇ ਵੀ ਦੇਖੋ ਬਾਬਾ ਆਨੰਦ ਸਿੰਘ ਜੀ ਦੀ ਬਹੁਤ ਸੇਵਾ ਕੀਤੀ। ਸੁਖਮਨੀ ਸਾਹਿਬ ਦੇ ਪਾਠ ਉਹਨਾਂ ਨੂੰ ਸੁਣਾਉਣੇ, ਕਿਉਂਕਿ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਆਪ ਬਾਣੀ ਘੱਟ ਪੜ੍ਹਦੇ ਸੀ, ਕਿਉਂਕਿ ਬਾਹਰੀ ਅੱਖਰੀ ਗਿਆਨ ਬੜਾ ਥੋੜ੍ਹਾ ਸੀ। ਬਾਬਾ ਵਧਾਵਾ ਸਿੰਘ ਜੀ ਦਾ ਬਚਨ ਸੀ, ਆਨੰਦ ਸਿੰਘਾ ਊੜਾ ਐੜਾ ਈੜੀ ਸੱਸਾ ਹਾਹਾ, ਤੇਰਾ ਕੱਟਿਆ ਗਿਆ ਜਮਾਂ ਦਾ ਫਾਹ। ਬਾਹਰੀ ਵਿੱਦਿਆ ਛੱਡ, ਅੰਦਰੂਨੀ ਵਿੱਦਿਆ ਪੜ੍ਹ। ਅਤੇ ਭਜਨ ਨਾਲ ਇੰਨੇ ਜੁੜਦੇ, 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਸੁਣਨੇ। ਇੱਕ ਵਾਰੀ ਕਲਯੁੱਗ ਆਇਆ, ਕਹਿੰਦੇ ਕਲਯੁੱਗ, ਬਾਬਾ ਜੀ ਦੇ ਨਾਲ ਬਚਨ ਬਿਲਾਸ ਹੋਏ। ਕਹਿੰਦੇ ਭਾਈ ਕੌਣ ਹੈ ਤੂੰ, ਰੋਜ਼ ਆਉਂਦਾ ਰੋਜ਼ ਮੁੜ ਜਾਂਦਾ? ਕਹਿੰਦਾ ਜੀ ਮੈਂ ਕਲਯੁੱਗ ਹਾਂ, ਕਲਯੁੱਗ। ਕਹਿੰਦੇ ਫਿਰ ਇੱਥੇ ਕਿਉਂ ਆਇਆ? ਕਹਿੰਦਾ ਆਉਣਾ ਮੈਂ ਤੁਹਾਡੇ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ, ਪਰ ਜਦੋਂ ਵੀ ਆਉਣਾ ਮੈਂ ਬੜੀ ਦਲੇਰੀ ਨਾਲ, ਤਾਕਤ ਨਾਲ ਆਉਣਾ,
ਪਰ ਇੱਥੇ ਸੁਖਮਨੀ ਸਾਹਿਬ ਦਾ ਪਾਠ ਹੋਈ ਜਾਂਦਾ ਹੁੰਦਾ ਹੈ। ਇਹ ਬਾਣੀ ਦਾ ਐਡਾ ਤੇਜ਼ ਪ੍ਰਤਾਪ ਹੈ, ਮੈਂ ਨੇੜੇ ਹੀ ਨਹੀਂ ਲੱਗ ਸਕਦਾ। ਆਖੋ ਸਤਨਾਮ। ਇਹਦੇ ਨਾਲ ਮੇਰੇ ਜਰਨੈਲਾਂ ਦੀ ਤਾਕਤ ਘਟਦੀ ਹੈ। ਕਲਯੁਗ ਕਹਿੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਮੇਰੇ ਜਰਨੈਲ ਨੇ। ਮੇਰੇ ਸਮੇਂ ਵਿੱਚ ਨਦੀਆਂ ਵਗਣਗੀਆਂ ਚੋਰੀ ਦੀਆਂ, ਨਿੰਦਿਆ ਦੀਆਂ, ਈਰਖਾ ਵੈਰ ਵਿਰੋਧ ਹੋਏਗਾ। ਪਰ ਜਦੋਂ ਵੀ ਆਉਣਾ ਸੁਖਮਨੀ ਸਾਹਿਬ ਦਾ ਪਾਠ ਹੋਈ ਜਾਂਦਾ ਹੁੰਦਾ ਹੈ, ਮੇਰੀ ਅਤੇ ਮੇਰੇ ਜਰਨੈਲਾਂ ਦੀ ਤਾਕਤ ਘਟ ਜਾਂਦੀ ਹੈ। ਬਾਬਾ ਜੀ ਕਹਿੰਦੇ ਵਾਹ ਬਈ ਕਲਯੁਗਾ, ਆਪਦਾ ਇਲਾਜ ਆਪ ਹੀ ਦੱਸ ਗਿਆ। ਜੇ ਇਹ ਗੱਲ ਹੈ ਨਾ, ਕਹਿੰਦੇ ਅੱਜ ਤੋਂ ਨਾਨਕ ਸਰ ਵਿਖੇ ਸਦਾ ਹੀ ਸੁਖਮਨੀ ਸਾਹਿਬ ਦੇ ਜਾਪ ਚੱਲਦੇ ਹੀ ਰਹਿਣਗੇ। ਆਖੋ ਸਤਨਾਮ। ਤਾਂ ਹੀ ਦੇਖੋ ਸੁਖਮਨੀ ਸਾਹਿਬ ਦਾ ਵੱਧ ਤੋਂ ਵੱਧ ਜਾਪ ਹੁੰਦਾ ਭਾਈ। ਸੋ ਬਾਬਾ ਜੀ ਦਾ ਦੇਣਾ ਤਾਂ ਆਪਾਂ ਦੇ ਹੀ ਨਹੀਂ ਸਕਦੇ। ਇਹ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਨਾਨਕਸਰ ਸੰਪਰਦਾ 'ਚ ਹੁੰਦਾ, ਇੱਦਾਂ ਕਿਤੇ ਹੋਰ ਨਹੀਂ ਦੇਖਣ ਨੂੰ ਮਿਲੇਗਾ ਭਾਈ। ਇਹ ਵੀ ਬੜੇ ਮਾਣ ਵਾਲੀ ਗੱਲ ਹੈ, ਆਪਾਂ ਸੰਗੀ ਬੈਠੇ ਹਾਂ ਬਾਬਾ ਜੀ ਦੇ। ਸੋ ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਬਾਬਾ ਆਨੰਦ ਸਿੰਘ ਜੀ ਨੇ ਕੀਤਾ, ਹੋਰ ਨਹੀਂ ਕਿਤੇ। ਗ੍ਰੰਥੀ ਸਿੰਘਾਂ ਨੂੰ ਕਹਿਣਾ ਭਾਈ, ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਨਾ, ਸਿੱਧਾ ਰੁਮਾਲਾ ਸਾਹਿਬ ਨਹੀਂ ਦੇਣਾ, ਹੇਠਾਂ ਨਰਮ ਕੱਪੜੇ ਦੀਆਂ ਦੋ ਚਿੱਟੀਆਂ ਪਲਕਾਂ ਹੇਠਾਂ ਲਾਓ, ਜਿਵੇਂ ਆਪਾਂ ਕੱਪੜੇ ਪਾਉਂਦੇ ਹਾਂ, ਹੇਠਾਂ ਦੀ ਬਨੈਣ ਪਾਈ ਦੀ ਹੈ। ਕਹਿੰਦੇ ਗੁਰੂ ਸਾਹਿਬ ਨੂੰ ਜਦੋਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹੋ, ਅਤੇ ਇੱਦਾਂ ਹੀ ਉਹਨਾਂ ਦਾ ਸਤਿਕਾਰ ਕਰਨਾ, ਹੇਠਾਂ ਦੋ ਨਰਮ ਕੱਪੜੇ ਲੈ ਕੇ ਚਿੱਟੀਆਂ ਪਲਕਾਂ ਲਾਉਣੀਆਂ, ਫਿਰ ਉੱਪਰ ਦੀ ਰੁਮਾਲਾ ਸਾਹਿਬ ਦੇਣਾ। ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦਾ, ਸਮੇਂ ਨਾਲ ਸਾਕਸ਼ਾਤ ਪ੍ਰਗਟ ਸਮਝ ਕੇ ਭੋਜਨ ਪ੍ਰਸ਼ਾਦਾ ਛਕਾਉਣਾ, ਕੀ ਵਡਿਆਈ ਕਰੀਏ ਗੁਰਮੁਖ ਪਿਆਰਿਓ। ਕੱਲ੍ਹ ਵੀ ਬੇਨਤੀ ਕੀਤੀ ਸੀ, ਕੱਲ੍ਹ ਦਾ ਦੀਵਾਨ ਸਾਰਾ ਆਪਾਂ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਕੀਤੀ ਸੀ। ਕਰੋੜਾਂ ਵਾਰ ਕਰੋੜਾਂ ਕਥਾਕਾਰਾਂ ਨੇ ਕਰੋੜਾਂ ਢੰਗ ਨਾਲ ਕਥਾ ਕਰਤੀ, ਪਰ ਗੁਰੂਆਂ ਦੇ ਗੁਣ ਨਹੀਂ ਮੁੱਕੇ। ਆਖੋ ਸਤਨਾਮ। ਜਿਹੜੀ ਆਪਾਂ ਅਰਦਾਸ ਕਰਦੇ ਹਾਂ, ਅਰਦਾਸ 'ਤੇ ਵਿਸ਼ਵਾਸ ਰੱਖਣਾ ਹੈ, ਭਰੋਸਾ ਰੱਖੋ ਗੁਰੂ ਪਾਤਸ਼ਾਹ 'ਤੇ ਮਨ ਵਿੱਚ ਪੱਕਾ ਕਰ ਲਓ। ਜਿਵੇਂ ਭਗਤ ਧੰਨਾ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਾਂਤੇ ਤਿਨਕੇ ਕਾਜ ਸਵਾਰਤਾ। ਵੀ ਹੇ ਪਰਮਾਤਮਾ, ਜਿਹੜੇ ਵੀ ਤੇਰੀ ਭਗਤੀ ਕਰਦੇ ਨੇ, ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ, ਫਿਰ ਵੇਖਣਾ ਤਾਂ ਵੀ ਸਵਾਰੇ ਵੀ ਆ ਕਿਸੇ ਨੇ। ਉਹਦੇ ਬਾਰੇ ਭਾਈ ਇਤਿਹਾਸ ਦੀ ਪੜਤਾਲ ਕਰਨੀ ਪੈਣੀ ਹੈ। ਆਖੋ ਸਤਨਾਮ। ਵੀ ਆਪਣੇ ਪਿਆਰਿਆਂ ਦੀ ਲਾਜ ਕਿਵੇਂ ਰੱਖਦੇ ਆਏ ਨੇ, ਹਰ ਯੁੱਗ ਯੁੱਗ ਭਗਤਿਓ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਆਪਾਂ ਤਾਂ ਇਹੋ ਜਿਹੇ ਪਰਮਾਤਮਾ ਦੀ ਪੂਜਾ ਕਰਦੇ ਹਾਂ, ਸੇਵਾ ਕਰਨੀ ਹੈ, ਜਿਹੜਾ ਅੰਤ ਸਮੇਂ ਵੀ ਛਡਾਉਂਦਾ। ਆਖੋ ਸਤਨਾਮ। ਸੋ ਮਹਾਰਾਜ ਦੀ ਵਡਿਆਈ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ
ਪੁਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਇਹੀ ਸਾਡੇ ਵਾਸਤੇ ਨਿਰੰਕਾਰ ਹੈ ਸਿੱਖੋ ਵਾਰ ਨਾ ਕਿਤੇ ਲੱਭਦੇ ਰਹਿ ਜਾਈਏ ਆਪਾਂ ਰੋਜ਼ ਪੜ੍ਹਦੇ ਹਾਂ ਨਾ ਸਹਿ ਨਿਰੰਕਾਰ ਨਿਰੰਕਾਰ ਸੱਚਖੰਡ ਵਿੱਚ ਵੱਸਦਾ ਅਤੇ ਨਿਰੰਕਾਰ ਕੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿੰਨੇ ਸ਼ਬਦ ਮਹਾਰਾਜ ਨੇ ਸਾਨੂੰ ਬਖਸ਼ੇ ਗੁਰ ਪਰਮੇਸ਼ਰ ਏਕੋ ਜਾਣ ਫਿਰ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਸ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰੇ ਇੱਕੋ ਹੀ ਨੇ ਜਿਵੇਂ ਪਾਣੀ ਦੇ ਵਿੱਚੋਂ ਤਰੰਗਾਂ ਉੱਠਦੀਆਂ ਪਾਣੀ ਵਿੱਚ ਹੀ ਸਮਾ ਜਾਂਦੀਆਂ ਸੋ ਇਸ ਕਰਕੇ ਭਾਈ ਸਤਿਪੁਰਖਾਂ ਦੀ ਸੰਗਤ ਕਰਦੇ ਰਹਿਣਾ ਅਤੇ ਨਾਲ ਨਾਲ ਆਪ ਵੀ ਘਰਾਂ ਵਿੱਚ ਰਹਿੰਦਿਆਂ ਹੋਇਆਂ ਕੰਮ ਧੰਦੇ ਕਰਦਿਆਂ ਹੋਇਆਂ ਪਰਮੇਸ਼ਰ ਦਾ ਨਾਮ ਜਪੋ ਜਿੰਨੇ ਮਰਜ਼ੀ ਦੁੱਖ ਆ ਜਾਣ ਜਿੰਨੀ ਮਰਜ਼ੀ ਗਰੀਬੀ ਆ ਜਾਏ ਜਿੰਨਾ ਮਰਜ਼ੀ ਤਕਲੀਫਾਂ ਵਿੱਚ ਘਿਰੇ ਹੋਈਏ ਜੇ ਸਤਿਗੁਰੂ ਨੂੰ ਯਾਦ ਰੱਖਾਂਗੇ ਤਾਂ ਮਾਲਕ ਆਪਣੇ ਪਿਆਰਿਆਂ ਦੀ ਲਾਜ ਜ਼ਰੂਰ ਰੱਖਦਾ ਆਖੋ ਸਤਨਾਮ ਆਓ ਜਿੱਥੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਬਾਰੇ ਵਿਚਾਰ ਚੱਲਦੀ ਹੈ ਨਾਲ ਨਾਲ ਆਪਾਂ ਗੁਰ ਇਤਿਹਾਸ ਵੱਲ ਵੀ ਨਜ਼ਰ ਮਾਰਨੀ ਹੈ ਅੱਜ ਇਤਿਹਾਸ ਮੇਰੇ ਸਾਹਮਣੇ ਜੋ ਮਾਲਕ ਨੇ ਕੀਤਾ ਹੈ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਵਿੱਚ ਰਹਿੰਦੇ ਨੇ ਸੰਗਤਾਂ ਨੂੰ ਨਾਮਦਾਨ ਉਪਦੇਸ਼ ਦੇਣਾ ਬਹੁਤ ਸੰਗਤ ਆਉਂਦੀ ਮਹਾਰਾਜ ਨੇ ਕਹਿਣਾ ਭਾਈ ਨਿਤਨੇਮ ਜ਼ਰੂਰ ਕਰਨਾ ਹੈ ਦਿਨੇ ਆਪਣਾ ਕੰਮ ਧੰਦਾ ਕਰੋ ਰਾਤ ਨੂੰ ਸੌਵੋ ਆਰਾਮ ਵੀ ਕਰੋ ਪਰ ਅੰਮ੍ਰਿਤ ਵੇਲਾ ਸੁਬਾਹ ਔਰ ਸ਼ਾਮ ਦਾ ਇਹਨੂੰ ਸੰਭਾਲੋ ਕਿਉਂਕਿ ਜਿਵੇਂ ਘਰਾਂ 'ਚ ਆਪਾਂ ਫਸਲਾਂ ਬੀਜਦੇ ਹਾਂ ਨਾ ਬੀਜ ਤਾਂ ਬੀਜਤਾ ਕਿਸੇ ਵੀ ਬੂਟੇ ਨੂੰ ਫਲ ਲੱਗਦਾ ਅਤੇ ਪਹਿਲਾਂ ਫੁੱਲ ਲੱਗਦੇ ਨੇ ਜੇ ਹੁਣ ਉਹ ਫੁੱਲ ਲੱਗਦਿਆਂ ਸਾਰੀ ਬੂਕੀ ਝਾੜ ਦੇਈਏ ਫਿਰ ਫਲ ਨਹੀਂ ਨਾ ਲੱਗਦੇ ਬਾਬਾ ਫਰੀਦ ਜੀ ਕਹਿੰਦੇ ਪਹਿਲਾ ਪਹਿਰ ਹੈ ਫੁੱਲੜਾ ਫਲ ਭੀ ਪੱਛਾ ਰਾਤ ਗੁਰਬਾਣੀ ਵਿੱਚ ਲਿਖਿਆ ਕਹਿੰਦੇ ਜਿਹੜਾ ਰਾਤ ਦਾ ਪਹਿਲਾ ਪਹਿਰ ਹੈ ਉਹ ਫੁੱਲ ਹੈ ਫੁੱਲ ਉਹ ਕਿਹੜਾ ਹੈ ਜਿਹੜਾ ਚੱਲ ਰਿਹਾ ਸਮਾਂ 6 ਤੋਂ ਲੈ ਕੇ 9 ਵਜੇ ਤੱਕ ਸ਼ਾਮ ਦਾ ਟਾਈਮ ਜਿਹਨੂੰ ਆਪਾਂ ਕਹਿੰਦੇ ਹਾਂ ਕਿਉਂਕਿ ਜਿਹੜੇ ਪਹਿਰ ਨੇ 4 ਪਹਿਰਾਂ ਦਾ ਦਿਨ ਹੈ 4 ਪਹਿਰਾਂ ਦੀ ਰਾਤ ਹੈ ਪਹਿਲਾ ਪਹਿਰ ਸ਼ੁਰੂ ਹੁੰਦਾ 6 ਵਜੇ ਤੋਂ ਰਾਤ ਦਾ ਪਹਿਲਾ ਪਹਿਰ ਸ਼ਾਮ ਦੇ 6 ਵਜੇ ਦਿਨ ਦਾ ਪਹਿਲਾ ਪਹਿਰ ਸਵੇਰੇ 6 ਵਜੇ ਸ਼ੁਰੂ ਹੁੰਦਾ ਫਰੀਦ ਜੀ ਬਾਬਾ ਜੀ ਕਹਿੰਦੇ ਨੇ ਜਿਹੜਾ 6 ਤੋਂ 9 ਤੱਕ ਦਾ ਸਮਾਂ ਭਾਈ
ਐਂ ਨਾ ਹੋਵੇ ਵੀ ਲੋਕਾਂ ਦੀਆਂ ਚੁਗਲੀਆਂ ਕਰਕੇ ਲੰਘਾ ਦੇ, ਜਾਂ ਗੰਦੀਆਂ ਫਿਲਮਾਂ ਦੇਖ ਕੇ ਗੀਤ ਸੁਣ ਕੇ ਨਹੀਂ ਲੰਘਾਉਣਾ। ਉਹ ਸਮੇਂ ਐਂ ਸਮਝ ਲਈ ਵੀ ਜ਼ਿੰਦਗੀ ਨੂੰ ਫੁੱਲ ਲੱਗਿਆ ਫੁੱਲ, ਉਦੋਂ ਕੀ ਕਰਨਾ? ਰਹਿਰਾਸ ਸਾਹਿਬ ਦਾ ਪਾਠ ਕਰੋ, ਸੁਖਮਨੀ ਸਾਹਿਬ ਪੜ੍ਹ ਲਓ, ਕੀਰਤਨ ਸੋਹਿਲਾ ਪੜ੍ਹ ਲਓ। ਇਹ ਫੁੱਲ ਹੈ, ਜਿਨ੍ਹਾਂ ਨੇ ਇਹ ਸੰਭਾਲ ਲਿਆ ਸਮਾਂ, ਭਜਨ ਕਰਕੇ ਸੌ ਜਾਓ, ਰੱਬ ਦਾ ਨਾਂ ਲਓ। ਭਜਨ ਕਰਦੇ ਕਰਦੇ ਜਿਹੜੇ ਸੌਂਦੇ ਨੇ ਉਹਨਾਂ ਨੂੰ ਅੰਮ੍ਰਿਤ ਵੇਲੇ ਫਿਰ ਫਲ ਮਿਲਦਾ। ਆਖੋ ਸਤਨਾਮ। ਅਤੇ ਜਿਹੜੇ ਮੰਨ ਲਓ ਹੁਣ 11 ਵਜੇ ਤੱਕ ਤਾਂ ਫਿਲਮਾਂ ਦੇਖੀ ਗਏ, ਨਾਟਕ ਦੇਖੇ, ਉਹ ਵੀ ਬੇਕਾਰ, ਅਤੇ ਉਦੋਂ ਬਾਅਦ ਕਹੇ 12 ਵਜੇ ਮੈਂ ਸੁੱਤਾਂ ਵੀ, 4 ਵਜੇ ਫਿਰ ਉੱਠ ਖੜ੍ਹਾਂ, 3 ਵਜੇ ਉੱਠ ਖੜ੍ਹਾਂ, ਐਂ ਤਾਂ ਫਿਰ ਗੱਲ ਨਹੀਂ ਨਾ ਬਣਦੀ। ਸੁਸਤੀ ਹੋਈ ਨਹੀਂ ਖਹਿੜਾ ਛੱਡਦੀ ਗੁਰਮੁਖੋ। ਸੌਣ ਦਾ ਵੀ ਟਾਈਮ ਹੈ, 6 ਘੰਟੇ ਤਾਂ ਘੱਟ ਤੋਂ ਘੱਟ ਆਮ ਸੰਸਾਰੀ ਬੰਦੇ ਨੂੰ ਸੌਣਾ ਚਾਹੀਦਾ। ਅਤੇ ਫਰੀਦ ਜੀ ਕਹਿੰਦੇ 9 ਵਜੇ ਤੱਕ ਪ੍ਰਸ਼ਾਦਾ ਪਾਣੀ ਛੱਕ ਕੇ ਭਜਨ ਕਰਦਾ ਸੌਂਜਿਆ ਕਰ, 3:30-4 ਵਜੇ ਫਿਰ ਉੱਠ ਖੜਿਆ ਕਰ ਭਾਈ। ਉਹ ਜਿਹੜਾ 3 ਤੋਂ ਲੈ ਕੇ 6 ਤੱਕ ਸਵੇਰ ਵਾਲਾ ਚੌਥਾ ਪਹਿਰ ਹੈ ਰਾਤ ਦਾ, ਉਹ ਚੌਥਾ ਪਹਿਰ ਹੈ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਉਹ ਸਮਾਂ ਜਿਹੜਾ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ, ਕਹਿੰਦੇ ਪਰਮੇਸ਼ਰ ਦੀ ਵਡਿਆਈ ਕਰ। ਫਰੀਦ ਜੀ ਕਹਿੰਦੇ ਨੇ ਬਾਬਾ ਜੀ, ਪਹਿਲਾ ਪਹਿਰ ਹੈ ਫੁੱਲੜਾ ਫਲ ਭੀ ਪੱਛਾ ਰਾਤ, ਕਹਿੰਦੇ ਰਾਤ ਦਾ ਜਿਹੜਾ ਪਿਛਲਾ ਪਹਿਰ ਹੈ ਉਹਦੇ ਵਿੱਚ ਮਾਲਕ ਨੇ ਫਲ ਦੇਣਾ ਹੈ। ਪਰ ਜੋ ਜਗਨ ਲਹਨ ਸੇ, ਕਹਿੰਦੇ ਫਲ ਤਾਂ ਮਾਲਕ ਦਿੰਦਾ ਹੈ ਪਰ ਲੈਂਦੇ ਪਤਾ ਕੌਣ ਨੇ? ਜਿਹੜੇ ਜਾਗਦੇ ਆ। ਆਖੋ ਸਤਨਾਮ। ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਕਹਿੰਦੇ ਅੰਮ੍ਰਿਤ ਵੇਲੇ ਪਰਮੇਸ਼ਰ ਭਰ ਭਰ ਕੇ ਝੋਲੀਆਂ ਤੋਰਦਾ ਆਪਣੇ ਸੇਵਕਾਂ ਨੂੰ, ਖਜ਼ਾਨੇ ਭਰਦਾ, ਪਰ ਉਦੋਂ ਜਿਹੜੇ ਜਾਗਦੇ ਆ ਉਹ ਲਾਹਾ ਲੈ ਜਾਂਦੇ ਨੇ, ਅਤੇ ਜੇ ਕੋਈ ਸੁੱਤਾ ਹੀ ਪਿਆ ਰਹੇ ਫਿਰ ਖਾਲੀ ਰਹਿ ਜਾਂਦੇ ਆ। ਆਖੋ ਸਤਨਾਮ। ਇਸ ਕਰਕੇ ਭਾਈ 6 ਵਜੇ ਤੋਂ ਪਹਿਲਾਂ ਹਰ ਗੁਰਸਿੱਖ ਨੂੰ ਉੱਠਣਾ ਜ਼ਰੂਰੀ ਬਣਦਾ, ਜ਼ਰੂਰ ਭਜਨ ਕਰਨਾ। ਅਤੇ ਜਿਹੜੇ ਜਾਗਦੇ ਨੇ ਉਹ ਲਾਹੇ ਲੈਂਦੇ ਨੇ, ਪਰ ਸਾਰਾ ਸੰਸਾਰ ਸੁੱਤਾ ਹੀ ਪਿਆ ਰਹਿੰਦਾ, ਪਤਾ ਕੌਣ ਜਾਗਦਾ? ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਹੈ ਤਿਸ ਨਾਲ, ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਪਰਮੇਸ਼ਰ ਕਹਿੰਦੇ ਦਾਤਾਂ ਵੰਡਦਾ ਹੈ, ਕਈਆਂ ਨੂੰ ਤਾਂ ਸੁੱਤਿਆਂ ਨੂੰ ਉਠਾ ਕੇ ਵੀ ਝੋਲੀ ਭਰ ਦਿੰਦਾ ਹੈ, ਅਤੇ ਕਈ ਜਾਗਦੇ ਵੀ ਸੌਂ ਜਾਂਦੇ ਆ। ਆਖੋ ਸਤਨਾਮ। ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਸੰਗ ਤੇ ਕੌਣ ਜਾਗਦੇ, ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਕੌਣ ਜਾਗਦੇ,
ਰਾਤ ਵੇਲੇ ਜੀ ਕੌਣ ਜਾਗਦੇ। ਜਾਗਦਾ ਹੈ ਅੰਮ੍ਰਿਤ ਵੇਲੇ ਜਿਹੜਾ ਰੱਬ ਦਾ ਪਿਆਰਾ ਹੈ। ਇਹੋ ਜੀ ਵਿਚਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਦੱਸਦੇ ਅਤੇ ਬਹੁਤ ਸੰਗਤ ਨਾਮ ਜਪਦੀ, ਭਜਨ ਕਰਦੀ, ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਘਰਾਂ ਵਿੱਚ ਨਿਤਨੇਮ ਕਰਦੀਆਂ ਸੰਗਤਾਂ। ਅਤੇ ਇੱਕ ਬੀਬੀ ਜਿਹਦਾ ਗੁਰੂ ਘਰ 'ਤੇ ਪੂਰਨ ਭਰੋਸਾ, ਇਤਿਹਾਸ ਵਿੱਚ ਨਾਮ ਕੁੰਤੀ ਦੱਸਿਆ ਗੁਰਮੁਖ, ਉਹਦਾ ਵਿਆਹ ਹੋ ਗਿਆ ਬਤਾਲੇ ਨਗਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਬਤਾਲਾ ਨਗਰ, ਹੁਣ ਇਹ ਪਰਿਵਾਰ ਲੜਕੀ ਵਾਲਾ ਤਾਂ ਗੁਰਸਿੱਖ, ਪਰ ਬਤਾਲੇ ਨਗਰ ਵਿੱਚ ਸਾਰੇ ਹੀ ਮਨਮਤੀਏ। ਘਰ ਘਰ ਵਿੱਚ ਕਬਰਾਂ ਬਣੀਆਂ ਹੋਈਆਂ, ਪੀਰਾਂ ਦੀ ਪੂਜਾ ਸੀ। ਜਦੋਂ ਇਸ ਲੜਕੀ ਨੂੰ ਵਿਆਹ ਕੇ ਲੈ ਕੇ ਗਏ, ਪਹਿਲਾਂ ਤਾਂ ਘਰੇ ਜਾਂਦਿਆਂ ਸਾਰੀ ਕਲੇਸ਼ ਪਿਆ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਜੋੜੀ ਨਵੀਂ ਘਰ ਵਿੱਚ ਆਈ ਹੈ, ਚੱਲੋ ਪਹਿਲਾਂ ਪੀਰ ਦੀ ਕਬਰ 'ਤੇ ਮੱਥਾ ਟੇਕੋ। ਹੁਣ ਜਿਹੜਾ ਲੜਕਾ ਸੀ ਉਹ ਤਾਂ ਰੋਜ਼ ਟੇਕਦਾ ਸੀ, ਉਹਨੇ ਟੇਕਤਾ, ਕਿਉਂ ਸੁਭਾਅ ਸੀ ਉਹਦਾ। ਹੁਣ ਇਹ ਜਿਹੜੀ ਬੀਬੀ ਸੀ, ਇਹ ਸੀ ਗੁਰੂ ਘਰ 'ਤੇ ਭਰੋਸਾ ਰੱਖਣ ਵਾਲੀ। ਇਹਨੂੰ ਪਤਾ ਸੀ ਕਿ ਜੇ ਸਾਡਾ ਸਿਰ ਸਿੱਖਾਂ ਦਾ ਝੁਕਦਾ ਹੈ ਤਾਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ। ਅਸੀਂ ਅਨਮਤਾਂ ਅੱਗੇ ਸਿਰ ਨਹੀਂ ਝੁਕਾਉਂਦੇ। ਇਹਨੇ ਮੱਥਾ ਟੇਕਣ ਤੋਂ ਜਵਾਬ ਦੇਤਾ, ਰੌਲਾ ਪੈ ਗਿਆ ਵੀ ਕੀ ਗੱਲ ਆਉਂਦੀ ਹੋਈ ਜਵਾਬ ਦੇਣ ਲੱਗ ਗਈ। ਪਰ ਰਿਸ਼ਤੇਦਾਰ ਸੀ, ਉਦੋਂ ਤਾਂ ਗੱਲ ਆਈ ਗਈ ਹੋਗੀ, ਚੱਲ ਕੋਈ ਨਹੀਂ ਨਵੀਂ ਨਵੀਂ ਆਈ ਹੈ। ਰਾਤ ਲੰਘੀ, ਉਹ ਪਰਿਵਾਰ ਤਾਂ ਸਾਰਾ ਸੁੱਤਾ ਪਿਆ, ਕਿਉਂਕਿ ਆਦਤ ਨਹੀਂ ਸੀ ਅੰਮ੍ਰਿਤ ਵੇਲੇ ਜਾਗਣ ਦੀ। ਇਹ ਉੱਠੀ, ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਚੌਕੜਾ ਮਾਰ ਕੇ ਬੈਠੀ, ਗੁਟਕਾ ਲੈ ਕੇ ਲੱਗ ਗਈ ਗੁਰਬਾਣੀ ਪੜ੍ਹਨ। ਹੁਣ ਜਦੋਂ ਮਾਈ ਉੱਠੀ, ਮੁੰਡੇ ਦੀ ਮਾਂ, ਇਸ ਲੜਕੀ ਦੀ ਸੱਸ, ਇਹਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ ਵੀ ਘਰੇ ਆਉਂਦਿਆਂ ਸਾਰ ਅਸੀਂ ਕਿਹਾ ਸੀ ਪੀਰ ਦੀ ਕਬਰ 'ਤੇ ਮੱਥਾ ਟੇਕ, ਉਦੋਂ ਤਾਂ ਇਹਨੇ ਟੇਕਿਆ ਨਹੀਂ ਹੈ, ਅਤੇ ਹੁਣ ਇਹਨੇ ਆਹ ਕੀ ਨਵਾਂ ਕੰਮ ਸ਼ੁਰੂ ਕਰ ਲਿਆ। ਪਤਾ ਕੀ ਕਹਿੰਦੀ? ਕਹਿੰਦੀ ਸਾਡੇ ਪਿੰਡ ਰਿਵਾਜ਼ ਹੈ ਨਹੀਂ, ਰਿਵਾਜ਼ ਹੀ ਦੱਸਣ ਬਾਣੀ ਨੂੰ। ਕਹਿੰਦੀ ਇੱਥੇ ਰਿਵਾਜ਼ ਨਹੀਂ ਹੈ, ਇੱਥੇ ਨਾ ਪਾਠ ਕਰ। ਜੇ ਤੂੰ ਸਾਡੇ ਪੀਰਾਂ ਨੂੰ ਨਹੀਂ ਮੰਨਦੀ, ਅਸੀਂ ਵੀ ਤੈਨੂੰ ਇੱਥੇ ਪਾਠ ਨਹੀਂ ਕਰਨ ਦੇਣਾ। ਆਖੋ ਸਤਨਾਮ। ਹੁਣ ਗੁਰਸਿੱਖ ਬੀਬੀ, ਉਹ ਵੀ ਰੋਜ਼ ਦੀ ਨਿਤਨੇਮੀ, ਉਹਦੇ ਵਾਸਤੇ ਬਹੁਤ ਔਖੀ ਗੱਲ ਸੀ। ਉਹ ਕਹਿੰਦੀ ਮਾਤਾ ਜੀ, ਭਜਨ ਕਰ ਰਹੇ ਬਿਨਾਂ ਤਾਂ ਸਿੱਖ ਕਾਹਦਾ? ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਗੁਰਸਿੱਖ ਗੁਰਬਾਣੀ ਬਿਨਾਂ ਨਹੀਂ ਰਹਿ ਸਕਦਾ। ਮੈਨੂੰ ਪਾਠ ਕਰ ਲੈਣ ਦੇ। ਉਹ ਕਹਿੰਦੀ ਠੀਕ ਹੈ, ਪਾਠ ਕਰ ਲਈ, ਫਿਰ ਸਾਡੇ ਵੀ ਆਖੇ ਲੱਗ, ਪਹਿਲਾਂ ਪੀਰ ਦੀ ਕਬਰ 'ਤੇ ਮੱਥਾ ਟੇਕ।
ਪਰ ਉਹ ਪਤਾ ਲੜਕੀ ਨੇ ਕੀ ਆਖਿਆ, ਕਹਿੰਦੀ ਮਾਤਾ ਜੀ ਇਹ ਨਹੀਂ ਹੋ ਸਕਦਾ, ਮੇਰਾ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ, ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ। ਮੇਰਾ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ, ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ। ਕਹਿੰਦੀ ਥਾਂ ਥਾਂ 'ਤੇ ਨਹੀਂ ਸਿਰ ਝੁਕਾਇਆ ਜਾ ਸਕਦਾ, ਮੈਂ ਤਾਂ ਪਾਠ ਹੀ ਕਰਨਾ। ਅਤੇ ਸੱਸ ਨੇ ਹੱਥ 'ਚੋਂ ਗੁਟਕਾ ਹੀ ਖੋਹ ਲਿਆ, ਕਹਿੰਦੀ ਮੈਂ ਨਹੀਂ ਕਰਨ ਦੇਣਾ। ਉਸ ਬੀਬੀ ਨੇ ਦੁੱਖ ਵੀ ਮਨਾਇਆ, ਬੜਾ ਦੁੱਖ ਲੱਗਿਆ ਮਨ ਨੂੰ, ਸੋਚਿਆ ਸੀ ਸਹੁਰੇ ਘਰ ਵਿੱਚ ਸੱਸ ਨੂੰ ਮਾਂ ਸਮਝ ਕੇ ਰੱਖਾਂਗੀ, ਪਰ ਮਾਂ ਵੀ ਕੋਈ ਹੋਈ ਬਣਦੀ ਹੈ। ਆਖੋ ਸਤਨਾਮ। ਇੱਥੇ ਹੀ ਬੇਨਤੀ ਕਰਦੇ ਹਾਂ, ਜੇ ਚਾਹੁੰਦੇ ਹਾਂ ਨਾ ਵੀ ਘਰਾਂ 'ਚ ਸੁੱਖ ਰਹੇ, ਤਾਂ ਜਿਉਂ ਜਿਉਂ ਬੱਚੇ ਵੱਡੇ ਹੋ ਰਹੇ ਨੇ ਪਹਿਲਾਂ ਹੀ ਆਦਤ ਪਾ ਲਓ ਆਪਣੇ ਆਪ ਨੂੰ, ਵੀ ਹੁਣ ਨੂੰਹਾਂ ਨੇ ਘਰ ਵਿੱਚ ਆਉਣਾ, ਸੁੱਖ ਤਾਂ ਰਹੂ ਜੇ ਥੋੜ੍ਹੀ ਬਹੁਤੀ ਆਪਾਂ ਵੀ ਚੌਧਰ ਛੱਡਾਂਗੇ, ਜੇ ਸੁਖੀ ਰਹਿਣਾ। ਅਤੇ ਜੇ ਹੁਣ ਨੂੰਹ ਆਪ ਮੂਹਰੇ ਕਬੀਲਦਾਰੀ ਸਾਂਭਣ ਨੂੰ ਫਿਰਦੀ ਹੈ, ਸੱਸ ਕਹਿੰਦੀ ਹੈ ਮੈਂ ਤੈਨੂੰ ਹੱਥ ਨਹੀਂ ਲਾਉਣ ਦੇਣਾ, ਫਿਰ ਕਲੇਸ਼ ਹੀ ਪੈਣਾ। ਪਹਿਲਾਂ ਆਪਣੇ ਆਪ ਦਾ ਵੀ ਮਨ ਉੱਦਾਂ ਦਾ ਬਣਾ ਲਓ ਵੀ ਹੁਣ ਬੱਚੇ ਹੋ ਗਏ ਵੱਡੇ, ਠੀਕ ਹੈ ਆਪਾਂ ਬਹੁਤ ਕਮਾਤਾ, ਹੁਣ ਸਮਾਂ ਬਜ਼ੁਰਗੀ ਦਾ ਆ ਗਿਆ, ਆਪਾਂ ਭਜਨ ਅਤੇ ਸੇਵਾ ਕਰਨੀ ਹੈ, ਘਰ ਦੀਆਂ ਜ਼ਿੰਮੇਵਾਰੀਆਂ ਇਹਨਾਂ ਨੂੰ ਸਮਝਾਓ, ਬਾਖੂਬੀ ਨਿਭਾਉਣਾ ਸਿਖਾਓ। ਹਾਂ ਜੇ ਕੋਈ ਗਲਤੀ ਹੁੰਦੀ ਹੈ, ਕੋਈ ਨਹੀਂ, ਬੱਚੇ ਨੇ ਆਪਣੇ, ਚਾਹੇ ਪੁੱਤ ਹੈ ਚਾਹੇ ਨੂੰਹ ਹੈ, ਪੁੱਤ ਦੇ ਕੇ ਨੂੰਹ ਲਿਆਂਦੀ ਹੈ, ਉਹ ਵੀ ਧੀ ਹੈ, ਉਹਨੂੰ ਵੀ ਉੱਦਾਂ ਹੀ ਸਮਝਾਉਣਾ ਹੈ ਜਿਵੇਂ ਆਪਣੇ ਧੀਆਂ ਪੁੱਤਾਂ ਦੇ ਔਗਣ ਢੱਕਦੇ ਹਾਂ। ਆਖੋ ਸਤਨਾਮ। ਫਿਰ ਘਰ 'ਚ ਸੁੱਖ ਰਹਿ ਸਕਦਾ। ਪਰ ਇੱਥੇ ਕੀ ਹੋਇਆ, ਮਾਈ ਕਹਿੰਦੀ ਮੈਂ ਨਹੀਂ ਪਾਠ ਕਰਨ ਦੇਣਾ, ਉਸ ਬੀਬੀ ਨੇ ਫਿਰ ਵੀ ਬੁਰਾ ਨਹੀਂ ਮਨਾਇਆ, ਕਿਉਂਕਿ ਜਿਹੜੇ ਧਰਮੀ ਇਨਸਾਨ ਹੁੰਦੇ ਹੈ ਇਹ ਫਿਰ ਵੀ ਦੁਨੀਆ ਦਾ ਭਲਾ ਚਾਹੁੰਦੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਜੇ ਤੇਰਾ ਕੋਈ ਬੁਰਾ ਵੀ ਕਰਦਾ ਆਪਾਂ ਕੋਸ਼ਿਸ਼ ਕਰਨੀ ਹੈ ਤਾਂ ਵੀ ਅਗਲੇ ਦਾ ਭਲਾ ਕੀਤਾ ਜਾ ਸਕੇ। ਇਸ ਬੀਬੀ ਨੇ ਬੁਰਾ ਨਹੀਂ ਮਨਾਇਆ, ਲੜਾਈ ਨਹੀਂ ਪਾਈ, ਜਿੰਨੀ ਕੁ ਬਾਣੀ ਯਾਦ ਸੀ ਜਵਾਨੀ ਉਹ ਪਾਠ ਕੀਤਾ। ਆਪਾਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨੀ ਚਾਹੀਦੀ ਹੈ, ਜਿੰਨੀ ਕੁ ਬਾਣੀ ਯਾਦ ਸੀ ਨਿਤਨੇਮ ਕੀਤਾ, ਦੋਨੇ ਹੱਥ ਜੋੜ ਕੇ ਅਰਦਾਸ ਕੀਤੀ ਮੇਰੇ ਸਤਿਗੁਰ
ਅਸੀਂ ਤਾਂ ਆਪ ਜੀ ਦੀ ਆਗਿਆ 'ਚ ਰਹੇ ਹਾਂ, ਹੁਣ ਤੁਸੀਂ ਕਿਰਪਾ ਕਰ ਦਿਓ, ਜ਼ਿੰਦਗੀ ਘਿਰ ਗਈ ਮੁਸ਼ਕਲਾਂ ਦੇ ਵਿੱਚ। ਜਿਹੜੇ ਘਰ ਵਿੱਚ ਤੁਹਾਡਾ ਸਤਿਕਾਰ ਨਹੀਂ ਹੈਗਾ ਉੱਥੇ ਰਹਿਣਾ ਤਾਂ ਔਖਾ ਲੱਗਦਾ ਹੈ, ਪਰ ਕਰਾਂ ਕੀ, ਜਿਹੜਾ ਰਿਸ਼ਤੇਦਾਰ ਭੈਣ ਭਾਈਆਂ ਦੇ ਵਿੱਚ ਪੱਲਾ ਫੜਿਆ ਮੈਨੂੰ ਉਹਦੀ ਲਾਜ ਰੱਖਣੀ ਪੈਣੀ ਹੈ। ਇਹ ਆਪਾਂ ਵੀ ਧਿਆਨ ਦੇਣਾ ਹੈ। ਆਨੰਦ ਕਾਰਜ ਜਦੋਂ ਹੁੰਦੇ ਨੇ ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰ ਲੈਂਦੇ ਹਾਂ, ਮਾੜੀ ਜਿਹੀ ਗੱਲ 'ਤੇ ਕਲੇਸ਼ ਪੈ ਜਾਂਦਾ ਹੈ, ਤਲਾਕ ਦੇਣ ਲੱਗੇ ਮਿੰਟ ਹੀ ਲਾਉਂਦੇ ਹਾਂ। ਆਹ ਦੇਖੋ ਹੁਣ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਆਪਾਂ ਨੇ ਦੁੱਖ ਮਨਾਇਆ ਨਾ ਸਾਰਿਆਂ ਨੇ ਵੀ ਬਹੁਤ ਮਾੜਾ ਹੋਇਆ। ਠੀਕ ਹੈ ਉਹ ਮਾੜਾ ਹੋਇਆ ਹੈ, ਪਰ ਜਿਹੜਾ ਮਾੜਾ ਆਪਾਂ ਕਰਦੇ ਹਾਂ ਉਹ ਨਹੀਂ ਨਾ ਦੇਖਦੇ। ਜਦੋਂ ਕੋਈ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੈ ਕੇ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਪੱਲਾ ਫੜਦਾ ਹੈ, ਤਾਂ ਛੱਡਣ ਵੇਲੇ ਕਿਉਂ ਨਹੀਂ ਸੋਚਦੇ ਵੀ ਹੁਣ ਜੇ ਛੱਡਾਂਗਾ ਇਹਦੇ 'ਚ ਵੀ ਮਹਾਰਾਜ ਦੀ ਬੇਅਦਬੀ ਹੈ। ਇਹ ਵੀ ਜ਼ਰੂਰ ਧਿਆਨ ਰੱਖਣਾ, ਲੋੜਾਂ ਨੇ ਅੱਜ ਤਾਂ ਬੇਨਤੀਆਂ ਕਰਦਾ, ਨਹੀਂ ਤਾਂ ਇਕੱਲਾ ਸਾਖੀ ਵੀ ਸੁਣਾ ਸਕਦੇ ਹਾਂ, ਪਰ ਨਾਲ ਨਾਲ ਕੋਈ ਸਮਾਜ ਦਾ ਵੀ ਆਪਾਂ ਭਾਈ ਭਲਾ ਕਰਨਾ ਹੈ। ਕੀ ਆ ਕਿਸੇ ਨੂੰ ਕੋਈ ਬਚਨ ਯਾਦ ਰਹਿ ਜੇ, ਜਦੋਂ ਵੀ ਕੋਈ ਗਲਤ ਕਰਮ ਕਰਦੇ ਹਾਂ ਉਦੋਂ ਵੀ ਸੋਚੋ ਇਹ ਨਾ ਹੋਵੇ ਮੇਰੇ ਕਰਕੇ ਮੇਰੇ ਸਤਿਗੁਰੂ ਦੀ ਬੇਅਦਬੀ ਹੋਵੇ, ਆਖੋ ਸਤਨਾਮ। ਉਹ ਬੀਬੀ ਕਹਿੰਦੀ ਮਾਤਾ ਪਿਤਾ ਦੀ ਵੀ ਲਾਜ ਰੱਖਣੀ ਪੈਣੀ ਹੈ। ਮਾਤਾ ਪਿਤਾ ਨੇ ਕਿਹਾ ਸੀ ਧੀਏ ਮਾਪਿਆਂ ਦੇ ਘਰੋਂ ਧੀ ਦੀ ਡੋਲੀ ਤੁਰਦੀ ਹੈ, ਜੇ ਸਹੁਰੇ ਘਰ 'ਚੋਂ ਆਵੇ ਤਾਂ ਹੁਣ ਤੇਰੀ ਅਰਥੀ ਆਵੇ। ਇਹ ਨਹੀਂ ਸੀ ਹੁਣ ਵਾਲਿਆਂ ਵਾਂਗੂ ਵੀ ਰੋਜ਼ ਹੀ ਝੋਲਾ ਚੱਕੀ ਫਿਰਨਾ ਮਾੜੀ ਮਾੜੀ ਗੱਲ 'ਤੇ, ਇੱਦਾਂ ਨਹੀਂ ਭਾਈ। ਜ਼ਿੰਦਗੀ 'ਚ ਉਤਰਾਅ ਚੜਾਅ ਆਉਂਦੇ ਨੇ ਬੀਬੀ ਰਜਨੀ ਵਾਂਗੂ, ਫਿਰ ਭਾਣਾ ਮੰਨ ਕੇ ਦੇਖੋ ਕਿੰਨਾ ਆਨੰਦ ਹੈ। ਮੁਸ਼ਕਲਾਂ ਨਾਲ ਜੂਝਣਾ ਹੀ ਜ਼ਿੰਦਗੀ ਹੁੰਦਾ ਹੈ। ਜਿਹੜਾ ਬੰਦਾ ਮੁਸ਼ਕਲਾਂ ਨੂੰ ਦੇਖ ਕੇ ਭੱਜਦਾ ਹੈ ਉਹ ਪਾਪ ਹੈ, ਉਹਨਾਂ ਦਾ ਇਤਿਹਾਸ ਵੀ ਨਹੀਂ ਬਣਦਾ। ਇਤਿਹਾਸ ਉਹਨਾਂ ਦੇ ਬਣਦੇ ਨੇ ਜਿਹੜੇ ਮੁਸੀਬਤਾਂ ਵਿੱਚੋਂ ਦੀ ਲੰਘ ਕੇ ਕਿਸੇ ਮੰਜ਼ਿਲ ਤੱਕ ਪਹੁੰਚਦੇ ਨੇ। ਇਸ ਬੀਬੀ ਨੇ, ਬੀਬੀ ਕੁੰਤੀ ਨੇ ਪਾਠ ਕੀਤਾ, ਅਰਦਾਸ ਕੀਤੀ। ਅਰਦਾਸ ਕੀ ਕੀਤੀ ਲਓ ਸਾਰੇ ਬੋਲਿਓ ਦੋ ਵਾਰੀ ਦਾਸ ਜਥੇ ਵਾਲੇ ਸਿੰਘ ਅਤੇ ਭਾਈ ਤੀਜੇ ਨੰਬਰ ਵਿੱਚ ਮਾਈਆਂ, ਬਿਨਾਂ ਹੀ ਸਾਜਾਂ ਤੋਂ ਗੱਜ ਕੇ ਬੋਲਿਓ। ਉਹ ਬੀਬੀ ਨੇ ਅਰਦਾਸ ਕੀਤੀ ਸੀ, ਸਤਿਗੁਰ ਮੁਸੀਬਤ ਵਿੱਚ ਫਸ ਗਈ ਹਾਂ, ਹੁਣ ਤੁਹਾਡਾ ਹੀ ਆਸਰਾ, ਮੇਰੀ ਲਾਜ ਰੱਖਿਓ। ਸਤਿਗੁਰ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ। ਭੈਣਾਂ ਬੋਲੋ, ਸਿੱਖੀ ਦੀ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼। ਬੋਲੋ ਭਾਈ, ਪਰਿਵਾਰ ਨੂੰ ਬੋਲਿਆ ਕਰੋ, ਸਾਰੇ
ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਸਿੱਖੀ ਦੀ ਸਾਰੇ ਅਸੀਂ ਰੋਜ਼ ਅਰਦਾਸ ਕਰਨੀ ਨਿਤਨੇਮ ਤੋਂ ਬਾਅਦ, ਸਵੇਰੇ ਵੀ ਸ਼ਾਮ ਨੂੰ ਵੀ। ਰਿਸ਼ਤੇਦਾਰ ਭੈਣ ਭਾਈ ਪੰਜ ਚਾਰ ਦਿਨਾਂ 'ਚ ਚਲੇ ਗਏ ਅਤੇ ਘਰ 'ਚ ਇਸ ਗੱਲ ਦਾ ਬੜਾ ਰੌਲਾ ਪੈ ਗਿਆ। ਗੁਰਮੁਖ ਉਹ ਕਹਿੰਦੇ ਨੇ ਸਾਡੇ ਪੀਰਾਂ ਦੀ ਪੂਜਾ ਕਰ, ਇਹ ਬੀਬੀ ਨੇ ਬੁਰਾ ਵੀ ਨਹੀਂ ਮਨਾਇਆ, ਕਹਿੰਦੀ ਤੁਹਾਡਾ ਧਰਮ ਹੈ ਤੁਸੀਂ ਮੰਨੀ ਚੱਲੋ, ਮੈਨੂੰ ਨਹੀਂ ਦੁੱਖ, ਪਰ ਮੈਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਦਿਓ। ਕੁਛ ਦਿਨਾਂ ਬਾਅਦ ਘਰ ਵਾਲੇ ਨੂੰ ਕਹਿੰਦੀ ਪੇਕੇ ਮਿਲਣ ਜਾਣਾ, ਉਹਨੂੰ ਨਾਲ ਲੈ ਲਿਆ ਇਹਦੇ ਘਰ ਵਾਲੇ ਨੂੰ, ਅਤੇ ਜਾਂਦੀ ਸੀ ਪੇਕੇ ਮਿਲਣ, ਮਨ ਵਿੱਚ ਦੁੱਖ ਬੜਾ, ਮੈਂ ਗੁਰੂ ਤੋਂ ਬੇਮੁੱਖ ਨਾ ਹੋ ਜਾਂ। ਜਾਂਦੀ ਕਹਿੰਦੀ ਜੀ ਦੇਖੋ ਆਪਾਂ ਇੱਕ ਦੂਜੇ ਦੇ ਜੀਵਨ ਸਾਥੀ ਹਾਂ, ਪਤੀ ਇਸਤਰੀ ਉਹਨਾਂ ਨੂੰ ਆਖਦੇ ਨੇ ਪਿਆ ਜਿਨ੍ਹਾਂ ਦਾ ਕਦੇ ਨਾ ਫਿੱਕ ਹੋਵੇ, ਦੋਹੇ ਦਿਲਾਂ 'ਚੋਂ ਪਿਆਰ ਦੀ ਵਹੇ ਗੰਗਾ, ਇੱਕ ਦੂਸਰੇ ਤੋਂ ਰਿਹਾ ਵਿਕ ਹੋਵੇ, ਬਾਹਰੋਂ ਬੁੱਤ ਦੋ ਕੋਮਲਾ ਦਿਸਣ ਭਾਵੇਂ, ਜੋਤ ਅੰਦਰੋਂ ਦੋਹਾਂ ਦੀ ਇੱਕ ਹੋਵੇ। ਫਿਰ ਪਤੀ ਪਤਨੀ ਹੁੰਦੇ ਨੇ, ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਚੱਲੀਏ। ਇਹ ਕਹਿੰਦਾ ਮੈਂ ਨਹੀਂ ਜਾਣਾ, ਤੈਂ ਸਾਡੇ ਪੀਰਾਂ ਨੂੰ ਨਹੀਂ ਮੰਨਿਆ, ਮੈਂ ਤੁਹਾਡਿਆਂ ਨੂੰ ਨਹੀਂ ਮੰਨਦਾ ਕਹਿੰਦਾ। ਉਹ ਕਹਿੰਦੀ ਮੈਂ ਕਦੋਂ ਕਹਿੰਦੀ ਹਾਂ ਮੰਨੋ, ਨਾਲ ਤਾਂ ਚੱਲੋ ਨਾ। ਅਤੇ ਜਦੋਂ ਗੁਰਮੁਖ ਪਿਆਰੇ ਉਹ ਮਨਾ ਲਿਆ, ਹੌਲੀ ਹੌਲੀ ਮਿੰਨਤਾਂ ਕਰ ਕਰ ਪਿਆਰ ਨਾਲ ਚਲੇ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਦਰਬਾਰ ਇਸੇ ਤਰ੍ਹਾਂ ਸਜਿਆ, ਅਸੀਂ ਇੱਕ ਪਾਸੇ ਮਾਈਆਂ ਇੱਕ ਪਾਸੇ ਭਾਈ ਬੈਠੇ ਹੈ। ਇਹ ਬੱਚੀ ਨੇ ਜਾ ਕੇ ਮੱਥਾ ਟੇਕਿਆ, ਰੋ ਪੀ ਗੁਰਮੁਖ। ਉੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਸ ਪਏ, ਕਹਿੰਦੇ ਧੀਏ ਰੋ ਨਾ, ਇਹ ਵੀ ਪਰਖ ਹੁੰਦੀ ਹੈ ਜ਼ਿੰਦਗੀ ਦੀ। ਆਖੋ ਸਤਨਾਮ। ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਹੀ ਫਿਕਰ ਹੁੰਦਾ ਵੀ ਸਵੇਰੇ ਇਸ਼ਨਾਨ ਕਰਕੇ ਟਾਈਮ ਨਾ ਪਹੁੰਚਣਾ, ਉਹਨਾਂ ਨੂੰ ਫਿਕਰ ਹੁੰਦਾ ਵੀ ਅਸੀਂ ਫੇਲ ਨਾ ਹੋ ਜਾਈਏ। ਜਿਹਨੇ ਦਾਖਲਾ ਹੀ ਨਹੀਂ ਲਿਆ ਜਾਂ ਪਸ਼ੂਆਂ ਵਾਂਗ ਹੀ ਫਿਰਦਾ ਹੈ, ਉਹਨੂੰ ਨਾ ਤਾਂ ਸਕੂਲ ਦੇ ਟਾਈਮ ਦਾ ਫਿਕਰ, ਨਾ ਫੇਲ ਹੋਣ ਦਾ ਡਰ। ਕਹਿੰਦੇ ਤੁਸੀਂ ਗੁਰੂ ਘਰ 'ਚ ਦਾਖਲਾ ਲਿਆ ਹੋਇਆ ਹੈ, ਪਰਚੇ ਵੀ ਤੁਹਾਡੇ ਹੀ ਹੋਣੇ ਨੇ। ਮਹਾਰਾਜ ਕਰੀਏ ਕਿ ਸਾਰਾ ਪਰਿਵਾਰ ਮਨਮਤੀ ਹੈ। ਸਤਿਗੁਰੂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਕਹਿੰਦੇ ਗੁਰਸਿੱਖਾਂ ਨੂੰ ਤਾਂ ਪੈਦਾ ਹੀ ਇਸ ਕਰਕੇ ਕੀਤਾ ਹੁੰਦਾ ਹੈ ਤਾਂ ਕਿ ਉਹ ਹੋਰਾਂ ਨੂੰ ਵੀ ਨਾਮ ਜਪਾਉਣ। ਬੀਬੀ ਹਿੰਮਤ ਰੱਖ, ਗੁਰੂ ਨਾਨਕ ਤੇਰਾ ਬੇੜਾ ਪਾਰ ਕਰਨਗੇ। ਉਹ ਬੱਚੇ ਨੂੰ ਵੀ ਸਮਝਾਇਆ ਪਿਆਰ ਨਾਲ, ਮਹਾਰਾਜ ਨੇ ਨਾਂ ਲੈ ਕੇ ਬੁਲਾਇਆ, ਆ ਗਿਆ, ਮਹਾਰਾਜ ਨੇ ਉੱਠ ਕੇ ਉਹਦਾ ਸਤਿਕਾਰ ਕੀਤਾ, ਬੜਾ ਪਿਆਰ ਕੀਤਾ, ਨਾਲੇ ਕਿਹਾ ਕਹਿੰਦੇ ਕਾਕਾ ਭਾਗਾਂ ਵਾਲਾ ਹੈ, ਗੁਰਸਿੱਖ ਘਰ ਦੀ ਬੀਬੀ ਤੈਨੂੰ ਮਿਲ ਗਈ, ਸਮਝ ਲਾ ਨਰਕਾਂ ਤੋਂ ਬਚ ਜਾਓਗੇ। ਆਖੋ ਸਤਨਾਮ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ,
ਸੇ ਹੀ ਨਗਰ ਉਜਾੜੀ ਜੀਓ। ਜਿੱਥੇ ਮਾਲਕ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਤਾਂ ਨਗਰ ਵੀ ਉਜਾੜ ਹੈ। ਪਰ ਇੱਥੇ ਹੋਇਆ ਪਤਾ ਕੀ, ਕਬੀਰ ਸਾਹਿਬ ਦਾ ਵੀ ਬਚਨ ਹੈ, ਕਬੀਰ ਸਗਲੀ ਧਰਤੀ ਸਾਧਕੀ ਤਸਕਰ ਵੈਸਾ ਹੈ ਗਾਹੇ। ਜਿਹੜੇ ਚੋਰ ਸੀ ਨਾ, ਆ ਕੇ ਚੋਰਾਂ ਨੇ ਕਬਜ਼ਾ ਕਰ ਲਿਆ ਗੁਰਮੁਖ ਪਿਆਰਿਓ। ਲਓ ਪੜ੍ਹ ਹੀ ਲਈਏ ਆਪਾਂ। ਧਰਤੀ ਸੀ ਸੰਤਾਂ ਦੀ, ਚੋਰਾਂ ਨੇ ਕੀਤਾ ਕਬਜ਼ਾ। 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 ਕਿਹੜੀ ਧਰਤੀ ਦੀ ਗੱਲ ਕੀਤੀ ਆ? ਸਰੀਰ ਰੂਪੀ ਧਰਤੀ ਦੀ ਗੱਲ ਕੀਤੀ ਹੈ। ਇਹ ਤਾਂ ਨਾਮ ਜਪਣ ਸੇਵਾ ਸਿਮਰਨ ਵਾਸਤੇ ਬੰਦਾ ਬਣਾਇਆ ਸੀ, ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਆ ਸਰੀਰ ਰੂਪੀ ਧਰਤੀ 'ਤੇ ਕਬਜ਼ਾ ਕਰਕੇ ਬਹਿ ਗਏ। ਆਖੋ ਸਤਨਾਮ। ਐਂ ਸਮਝਾਇਆ ਨਾ ਜਦੋਂ ਮੇਰੇ ਸਤਿਗੁਰ ਨੇ, ਕਹਿੰਦੇ ਕਾਕਾ ਬਹੁਤ ਭਾਗਾਂ ਵਾਲਾ ਗੁਰਸਿੱਖ ਲੜਕੀ ਨਾਲ ਰਿਸ਼ਤਾ ਹੋ ਗਿਆ, ਅੱਗੇ ਵੱਧ ਪਿੱਛੇ ਨੂੰ ਨਾ ਜਾ। ਪਿਆਰ ਕੀਤਾ ਬੜਾ, ਇਹਦਾ ਮਨ ਬਦਲ ਗਿਆ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਰ 'ਤੇ ਹੱਥ ਟਿਕ ਜੇ, ਬਦਲ ਗਈ ਕਾਇਆ ਗੁਰਮੁਖ ਪਿਆਰੇ, ਮਤ ਬਦਲ ਗਈ, ਗੁਰੂ ਘਰ ਦਾ ਬਣ ਗਿਆ। ਕੁਛ ਦਿਨ ਰਿਹਾ ਸਹੁਰੇ ਘਰ, ਗੁਰੂ ਘਰ ਦੀ ਵਡਿਆਈ ਦੇਖੀ, ਮਹਿਮਾ ਸੁਣੀ। ਜਦੋਂ ਵਾਪਸ ਆਪਣੇ ਨਗਰ ਗਏ ਬਤਾਲੇ, ਮਾਂ ਫੇਰ ਕਹਿੰਦੀ ਭਾਈ ਆਏ ਹੋ ਅਤੇ ਹੁਣ ਚੱਲੋ ਮੱਥਾ ਟੇਕੋ। ਪਹਿਲਾਂ ਤਾਂ ਇਕੱਲੀ ਨੂੰਹ ਨੇ ਜਵਾਬ ਦਿੱਤਾ ਸੀ, ਹੁਣ ਪੁੱਤ ਨੇ ਵੀ ਦੇਤਾ। ਕਹਿੰਦਾ ਮਾਂ ਜਿੰਨਾ ਸਮਾਂ ਗਿਆਨ ਨਹੀਂ ਸੀ ਗੱਲ ਵੱਖਰੀ, ਹੁਣ ਇੱਥੇ ਪੱਥਰਾਂ ਨੂੰ ਮੱਥਾ ਨਹੀਂ ਟੇਕਣਾ ਮੈਂ, ਮੈਨੂੰ ਪੂਰਾ ਗੁਰੂ ਮਿਲ ਗਿਆ, ਜਾ ਕੇ ਤੂੰ ਵੀ ਦਰਸ਼ਨ ਕਰ, ਆਨੰਦ ਹੀ ਆਨੰਦ ਹੈ, ਭੁੱਲ ਜਾਂਦੀ ਹੈ ਦੁਨੀਆਦਾਰੀ। ਬੜਾ ਰੌਲਾ ਪਿਆ, ਕਹਿੰਦੀ ਤੂੰ ਤਾਂ ਹੁਣੀ ਘਰ ਵਾਲੀ ਦੇ ਮੰਗਰ ਲੱਗ ਗਿਆ। ਉਹ ਕਹਿੰਦਾ ਘਰ ਵਾਲੀ ਦੇ ਮੰਗਰ ਤਾਂ ਨਹੀਂ ਖਰ ਲੱਗਿਆ, ਧੰਨਵਾਦ ਇਹਨੇ ਮਤ ਦੇਤੀ, ਹੁਣ ਮੈਂ ਸੱਚੇ ਗੁਰੂ ਦੇ ਮੰਗਰ ਲੱਗਿਆ। ਆਖੋ ਸਤਨਾਮ। ਇੱਥੇ ਵੀ ਭਾਈ ਦੇਖੋ, ਆਪਾਂ ਲੱਗਣਾ ਗੁਰੂ ਗ੍ਰੰਥ ਸਾਹਿਬ ਦੇ ਲਾੜਾ। ਹਾਂ ਜਿਹੜੇ ਜੋੜਨ ਵਾਲੇ ਨੇ, ਮਹਾਰਾਜ ਕਹਿੰਦੇ ਜੋੜਨ ਹਾਰੋ ਸੰਤ, ਜੋੜਨ ਵਾਲਾ ਕੋਈ ਵੀ ਹੈ ਉਹ ਹੈ ਸੰਤ ਜਨ, ਅਤੇ ਸੰਤਾਂ ਦਾ ਸਤਿਕਾਰ ਜ਼ਰੂਰੀ ਹੈ। ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ।
ਇੰਨਾ ਸਤਿਕਾਰ ਮਹਾਰਾਜ ਨੇ ਦਿੱਤਾ। ਇਹ ਕਹਿੰਦਾ ਜੀ ਮੈਂ ਧੰਨਵਾਦ ਕਰਦਾ ਘਰ ਵਾਲੀ ਦਾ, ਇਹਨੇ ਸਮੱਤ ਦੇ ਤੀ, ਪਰ ਜੁੜਿਆ ਮੈਂ ਮਹਾਰਾਜ ਨਾਲ ਹਾਂ। ਕਹਿੰਦੇ ਹੁਣ ਨਹੀਂ ਮੱਥਾ ਟੇਕਣਾ, ਗੁਰੂ ਸਾਹਿਬ ਦਾ ਨਾਮ ਜਪਾਂਗੇ। ਗੱਲ ਮੁਕਾਦਿਆਂ ਰੌਲਾ ਪੈ ਗਿਆ। ਕਹਿੰਦੇ ਠੀਕ ਹੈ ਫਿਰ, ਜਾਂ ਗੁਰੂ ਨੂੰ ਰੱਖ ਲਓ ਜਾਂ ਸਾਨੂੰ ਰੱਖ ਲਓ। ਜੇ ਗੁਰੂ ਸਾਹਿਬ ਦੇ ਬਣ ਕੇ ਰਹਿਣਾ ਸਾਡੇ ਘਰੋਂ ਨਿਕਲੋ। ਘਰ ਬਾਰ ਵੀ ਨਾ ਦਿੱਤਾ, ਰਿਸ਼ਤੇਦਾਰ ਭੈਣ ਭਾਈ ਇਕੱਠੇ ਹੋ ਗਏ। ਉਹਨਾਂ ਨੇ ਕਹਿ ਕਹਾ ਕੇ ਮਸਾਂ ਵੀ ਚੱਲ ਕੋਈ ਨਹੀਂ, ਮੁੰਡਾ ਤਾਂ ਤੁਹਾਡਾ ਹੀ ਹੈ ਨਾ, ਇੱਕ ਅੱਧਾ ਕਮਰਾ ਦਵਾਤਾ, ਥੋੜ੍ਹੀ ਜਿਹੀ ਜ਼ਮੀਨ ਗੁਜ਼ਾਰੇ ਜੋਗੀ। ਉਹ ਵੀ ਮਸਾਂ ਦਵਾਈ ਰਿਸ਼ਤੇਦਾਰਾਂ ਨੇ, ਕਮਰੇ ਵਿੱਚ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ। ਕੁਛ ਕੁ ਸਮਾਂ ਬਤੀਤ ਹੋਇਆ, ਮਾਲਕ ਦੀ ਕਿਰਪਾ ਨਾਲ ਘਰ ਵਿੱਚ ਪੁੱਤਰ ਪੈਦਾ ਹੋਇਆ। ਜਦੋਂ ਪੁੱਤਰ ਪੈਦਾ ਹੋਇਆ, ਕੋਈ ਵੀ ਨਾ ਆਇਆ ਵਧਾਈ ਲੈ ਕੇ, ਕੋਈ ਵੀ ਗੁਰਮੁਖ। ਇਹਨਾਂ ਨੇ ਸਲਾਹ ਕੀਤੀ ਵੀ ਆਪਣਾ ਹੁਣ ਹੋਰ ਤਾਂ ਕੋਈ ਨਹੀਂ ਹੈ, ਆਪਾਂ ਮਹਾਰਾਜ ਦੇ ਚਰਨਾਂ 'ਚ ਚੱਲੀਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਏ, ਆ ਕੇ ਬੇਨਤੀ ਕੀਤੀ, ਸਤਿਗੁਰ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਜੀ ਦੀ ਕਿਰਪਾ ਸਦਕਾ ਘਰ ਵਿੱਚ ਪੁੱਤਰ ਨੇ ਜਨਮ ਲਿਆ, ਤੁਸੀਂ ਮਿਹਰ ਕਰੋ ਨਾਮ ਰੱਖ ਦਿਓ ਇਹਦਾ। ਅਤੇ ਗੁਰੂ ਹਰਗੋਬਿੰਦ ਸਾਹਿਬ ਦਇਆ ਦੇ ਘਰ ਵਿੱਚ ਆਏ, ਕਹਿੰਦੇ ਇਹਦਾ ਨਾਮ ਆਪਾਂ ਭਾਈ ਪੱਲਾ ਰੱਖਦੇ ਹਾਂ, ਇਹ ਗੁਰੂ ਕੇ ਪੱਲੇ ਲੱਗਿਆ ਹੀ ਰਹੇਗਾ। ਹੁਣ ਜਿਹੜੇ ਬੱਚੇ ਭਜਨ ਕਰਦਿਆਂ ਕਰਦਿਆਂ ਜਨਮ ਲੈਂਦੇ ਨੇ, ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਧਰਮ ਤੋਂ ਤੋੜ ਨਹੀਂ ਸਕਦੀ। ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦਾ ਬਚਨ ਪੜ੍ਹਨ ਸੁਣਨ ਵਿੱਚ ਆਉਂਦਾ ਹੈ, ਉਹ ਕਹਿੰਦੇ ਹੁੰਦੇ ਕਿ ਭਾਈ ਜਦੋਂ ਤੋਂ ਬੱਚਾ ਮਾਂ ਦੇ ਗਰਭ ਵਿੱਚ ਆਉਂਦਾ ਹੈ, ਇੱਕ ਸੁਖਮਨੀ ਸਾਹਿਬ ਦਾ ਪਾਠ ਬੀਬੀ ਨੂੰ ਰੋਜ਼ ਕਰਨਾ ਚਾਹੀਦਾ। ਜਿਹੜੀ ਨੇਮ ਨਾਲ ਪਾਠ ਕਰੇ, ਜਿਹੜਾ ਉਹਦੇ ਪੇਟੋਂ ਬੱਚਾ ਜੰਮੂਗਾ ਨਾ, ਚਾਹੇ ਪੁੱਤ ਹੋਵੇ ਚਾਹੇ ਧੀ ਹੋਵੇ, ਦੁਨੀਆ ਦੀ ਜਿਹੜੀ ਮਰਜ਼ੀ ਵਾਹ ਵਗ ਜੇ, ਉਹ ਬੱਚਾ ਫਿਰ ਧਰਮ ਤੋਂ ਨਹੀਂ ਟੁੱਟਦਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਨਾਮ ਰੱਖਦੇ ਹਾਂ ਪੱਲਾ, ਇਹ ਗੁਰੂ ਕੇ ਪੱਲੇ ਲੱਗਿਆ ਰਹੇਗਾ। ਸ਼ੁਕਰ ਕੀਤਾ ਮਾਲਕ ਦਾ, ਜਥਾ ਯੋਗ ਭੇਟਾ ਦੇਤੀ, ਜਿੰਨਾ ਕੁ ਸੀ ਸਤਿਕਾਰ ਦਾਨ ਵਿੱਤ ਸਮਾਨ, ਭੇਟਾ ਦੇ ਕੇ ਚਲੇ ਗਏ। ਪਿਆਰ ਨਾਲ ਬੱਚੇ ਨੂੰ ਪਾਲਦੇ, ਕਹਿੰਦੇ ਸਾਲ ਸਵਾ ਕੁ ਸਾਲ ਲੰਘ ਗਿਆ, ਕੁਦਰਤ ਕਰਤਾਰ ਦੀ ਇਹ ਬੀਬੀ ਦੇ ਘਰ ਵਾਲੇ ਦੀ ਮੌਤ ਹੋ ਗਈ। ਕਹਿੰਦੇ ਜਦੋਂ ਘਰ ਵਾਲੇ ਦੀ ਮੌਤ ਹੋਈ, ਦੁੱਖ ਸੀ ਬੜਾ, ਪਰ ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਲਾ ਕੋਈ ਵੀ ਨਾ ਆਇਆ। ਗੁਰਮੁਖ ਕਹਿੰਦੇ ਵੀ ਇਹਨਾਂ ਨੇ ਪਿੰਡ ਦੀ ਮਰਿਆਦਾ ਤੋੜੀ ਹੈ, ਸਾਰਾ ਪਿੰਡ ਪੀਰਾਂ ਨੂੰ ਮੰਨਦਾ ਹੈ, ਇਹ ਨਹੀਂ ਨਾ ਮੰਨਦੇ, ਅਸੀਂ ਵੀ ਇਹਨਾਂ ਦੇ ਦੁੱਖ ਸੁੱਖ ਵਿੱਚ ਨਹੀਂ ਖੜਨਾ। ਜਿਹੜਾ ਕੋਈ ਇੱਕ ਅੱਧਾ ਆਇਆ ਕਰੇ, ਉਹ ਵੀ ਸਹਾਰਾ ਨਹੀਂ ਦਿੰਦਾ। ਕਹਿੰਦੇ ਲੈ ਐਵੇਂ ਗੁਰੂ ਗੁਰੂ ਕਰਦੇ ਸੀ, ਕੀ ਖੱਟਿਆ ਗੁਰੂ ਵਾਲੇ ਬਣ ਕੇ, ਤੇਰੇ ਗੁਰੂ ਨੇ ਤੇਰੇ ਘਰ ਵਾਲਾ ਤਾਂ ਬਚਾਇਆ ਹੀ ਨਹੀਂ। ਕਹਿੰਦੇ ਫਿਰ ਜੇ ਸ਼ਕਤੀ ਹੁੰਦੀ ਬਚਾ ਨਾ ਲੈਂਦਾ, ਬੀਬੀ ਨੂੰ ਮਨ ਤੋੜਨ ਵਾਲੀਆਂ ਗੱਲਾਂ ਕਰਿਆ ਕਰਨ। ਪਰ ਉਹਨੇ ਕੀ ਕਹਿਣਾ ਵੀ ਠੀਕ ਹੈ, ਇੱਕ ਦਿਨ ਤਾਂ ਸੰਸਾਰ ਤੋਂ ਜਾਣਾ ਹੀ ਹੈ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਮੇਰੇ ਘਰ ਵਾਲੇ 'ਤੇ ਕਿ ਮਰਨ ਤੋਂ ਪਹਿਲਾਂ ਪਹਿਲਾਂ ਉਹ ਗੁਰੂ ਵਾਲਾ ਹੋ ਗਿਆ ਸੀ। ਆਖੋ ਸਤਨਾਮ। ਉਹ ਬੇਗੁਰਾ ਨਹੀਂ ਮਰਿਆ, ਗੁਰੂ ਵਾਲਾ ਹੋ ਕੇ ਮਰਿਆ। ਕੋਈ ਗੱਲ ਨਹੀਂ, ਇਹ ਤਾਂ ਕਰਮ ਹੈ, ਆਪੋ ਆਪਣੇ ਮਾਲਕ ਮਿਹਰ ਕਰਨਗੇ। ਆ ਹੈਗਾ ਮੇਰਾ ਪੁੱਤਰ ਪੱਲਾ,
ਮਹਾਰਾਜ ਦਾ ਬਚਨ ਹੈ ਗੁਰੂ ਕੇ ਪੱਲੇ ਲੱਗਿਆ ਰਹੇਗਾ। ਅਤੇ ਆਪ ਜੀ ਨੂੰ ਪਤਾ ਹੈ, ਰੱਬ ਨਾ ਕਰੇ ਕੋਈ ਇੱਦਾਂ ਦੀ ਗੱਲ ਬਣ ਜੇ ਘਰ ਵਿੱਚ, ਬੱਚਾ ਹੋਵੇ, ਆਪਾਂ ਕਹਿੰਦੇ ਹਾਂ ਕੋਈ ਨਹੀਂ ਭਾਈ ਆ ਹੋਇਆ ਸ਼ੇਰ ਜਵਾਨ, ਬਸ ਪੁੱਤਰ ਦੇ ਆਸਰੇ ਬੀਬੀਆਂ ਦਾ ਸਮਾਂ ਲੰਘਦਾ। ਹੁਣ ਪੁੱਤ ਨੂੰ ਬੜੇ ਪਿਆਰ ਨਾਲ ਪਾਲਦੀ ਹੈ, ਕੋਈ ਸਹਾਰਾ ਨਹੀਂ ਸੀ ਇਕੱਲੇ ਪੇਕਿਆਂ ਦਾ, ਅਤੇ ਪੇਕੇ ਵੀ ਭਾਈ ਹੁਣ ਕਿੰਨਾ ਕੁ ਚਿਰ ਬੈਠੇ ਰਹਿਣ, ਕਿੰਨੀ ਕੁ ਮਦਦ ਕਰਨ। ਔਖ ਸੌਖ ਝੱਲ ਕੇ ਪੁੱਤ ਨੂੰ ਪਾਲ ਲਿਆ, ਬੱਚਾ ਵੱਡਾ ਹੋ ਗਿਆ। ਪਰ ਜਨਮ ਤੋਂ ਲਾ ਕੇ ਭਾਈ ਪੱਲੇ ਦੀ ਉਮਰ ਵੱਧਦੀ ਜਾਂਦੀ ਹੈ, ਮਾਤਾ ਨੇ ਓਨਾ ਹੀ ਭਜਨ ਵਧਾਈ ਜਾਣਾ, ਓਨਾ ਹੀ ਸਿਮਰਨ ਵੱਧ ਕਰਨਾ। ਅਤੇ ਕਈ ਵਾਰੀ ਭਾਈ ਪੱਲਾ ਪੁੱਛਦਾ ਹੁੰਦਾ, ਮਾਂ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦੇ ਘਰ ਵਿੱਚ ਬਾਬੇ ਆਉਂਦੇ ਨੇ, ਚਿਮਟੇ ਢੋਲਕੀਆਂ ਵੱਜਦੇ ਨੇ ਸਾਰੀ ਸਾਰੀ ਰਾਤ, ਅਤੇ ਚੌਂਕੀਆਂ ਲਾਉਂਦੇ ਆ, ਕਿਉਂ ਪੀਰਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਕੁਛ ਹੁੰਦਾ, ਉਹਨਾਂ ਦੀ ਮਰਿਆਦਾ ਹੈ। ਚਲੋ ਆਪਾਂ ਮਾੜਾ ਨਹੀਂ ਕਹਿਣਾ, ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ। ਇਹਨਾਂ ਦੇ ਘਰਾਂ 'ਚ ਚੌਂਕੀਆਂ ਲੱਗਦੀਆਂ, ਮਾਂ ਆਪਣੇ ਕਿਉਂ ਨਹੀਂ ਕੋਈ ਆਉਂਦਾ? ਕਹਿੰਦੀ, ਪੁੱਤ ਉਹ ਇਹਨਾਂ ਦਾ ਧਰਮ ਹੈ। ਆਪਣਾ ਧਰਮ ਕੀ ਹੈ ਮਾਂ? ਕਹਿਣਾ, ਪੁੱਤ ਆਪਾਂ ਸਿੱਖ ਧਰਮ ਵਿੱਚ ਹਾਂ, ਆਪਣੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ। ਕਹਿੰਦਾ, ਆਪਣਾ ਗੁਰੂ ਕਿਹੋ ਜਿਹਾ? ਫਿਰ ਮਾਂ ਨੇ ਦੱਸਿਆ, ਪੁੱਤਰਾ ਉੱਚਾ ਲੰਬਾ ਕੱਦ, ਮੁਖੜੇ 'ਤੇ ਦਾੜਾ, ਸਿਰ 'ਤੇ ਦਸਤਾਰ ਸਜਾਉਂਦੇ ਨੇ ਸ਼ਹਿਨਸ਼ਾਹ, ਸੀਸ 'ਤੇ ਕਲੰਗੀ ਲਾਉਂਦੇ ਨੇ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਨੇ, ਅਨੇਕਾਂ ਹੀ ਸਿੱਖ ਸੇਵਕ ਨਾਲ ਹੁੰਦੇ ਨੇ, ਬੜੀ ਚੜ੍ਹਦੀ ਕਲਾ ਹੈ ਆਪਣੇ ਗੁਰੂ ਸਾਹਿਬ ਦੀ। ਐਂ ਨਾ ਸੁਣਾ ਸੁਣਾ ਕੇ ਬੱਚੇ ਦੇ ਮਨ 'ਚ ਇੱਕ ਤਸਵੀਰ ਬਣਾਤੀ ਗੁਰਮੁਖੋ। ਪੱਲੇ ਨੇ ਇੱਕ ਦਿਨ ਪੁੱਛਿਆ, ਕਹਿੰਦਾ, ਮਾਂ ਆਪਾਂ ਰੋਜ਼ ਗੁਰੂ ਗੁਰੂ ਤਾਂ ਕਰਦੇ ਹਾਂ, ਭਲਾ ਆਪਣਾ ਵੀ ਗੁਰੂ ਕਦੇ ਆਏਗਾ? ਹੁਣ ਉੱਥੇ ਮਾਂ ਨੇ ਸੋਚ ਵਿਚਾਰ ਕੀਤੀ, ਮਾਲਕਾ ਹੁਣ ਕੀ ਆਖਾਂ? ਕਿ ਕਈ ਵਾਰੀ ਸਵਾਲ ਹੀ ਇਹੋ ਜਿਹੇ ਹੁੰਦੇ ਆ, ਸਾਨੂੰ ਆਸ ਨਹੀਂ ਹੁੰਦੀ ਵੀ ਪੂਰਾ ਹੋ ਜੂਗਾ। ਪਰ ਇੱਕ ਗੱਲ ਇਹ ਵੀ ਚੇਤੇ ਰੱਖਿਓ, ਜਿਹੜਾ ਸਾਡਾ ਦਿਮਾਗ ਹੈ ਨਾ ਗੁਰਮੁਖੋ, ਇਹ ਪਰਮੇਸ਼ਰ ਨੇ ਐਸਾ ਪੁਰਜਾ ਪਾਤਾ, ਜਿਹੜੇ ਬੰਦੇ ਨੂੰ ਸੈਲਫ ਕੌਨਫੀਡੈਂਸ ਹੋ ਜੇ, ਆਤਮ ਵਿਸ਼ਵਾਸ ਬਣ ਜੇ ਮੈਂ ਆਹ ਕਰਨਾ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਬੰਦੇ ਵਿਕਲਾਂਗ ਵੀ ਹੁੰਦੇ ਨੇ, ਪਰ ਸਰੀਰ ਕਰਕੇ ਕੋਈ ਵਿਕਲਾਂਗ ਨਹੀਂ ਮੰਨਿਆ ਜਾਂਦਾ। ਮਾੜਾ ਉਦੋਂ ਹੁੰਦਾ ਜਦੋਂ ਦਿਮਾਗੋਂ ਵਿਕਲਾਂਗ ਹੋ ਜੇ, ਅੱਗੇ ਸੋਚਣਾ ਹੀ ਬੰਦ ਕਰ ਦੇ ਕੋਈ। ਮਾਂ ਨੇ ਗੁਰੂ 'ਤੇ ਭਰੋਸਾ ਸੀ, ਕਹਿੰਦੀ, ਪੱਲਿਆ ਯਾਦ ਕਰਿਆ ਕਰ ਮਹਾਰਾਜ ਨੂੰ, ਸੱਚੇ ਪਾਤਸ਼ਾਹ ਜ਼ਰੂਰ ਆਉਣਗੇ, ਆਖੋ ਸਤਨਾਮ। ਉਹ ਵੀ ਅੰਦਰ ਦੀਆਂ ਜਾਣਦੇ ਨੇ। ਕਹਿੰਦਾ, ਮਾਂ ਕਹਿਣਾ ਪਏਗਾ ਜਾ ਕੇ? ਕਹਿੰਦੀ, ਨਹੀਂ, ਅੰਦਰੋਂ ਆਵਾਜ਼ਾਂ ਮਾਰਿਆ ਕਰ। ਜਿਹੜਾ ਅੰਦਰੋਂ ਆਵਾਜ਼ਾਂ ਮਾਰਦਾ ਹੈ, ਸਤਿਗੁਰ ਸਾਹਮਣੇ ਆਣ ਖਲੋ ਜਾਵੇ। ਅੱਛਾ ਮਾਂ, ਜਦੋਂ ਮੇਰੇ ਸਤਿਗੁਰੂ ਆਉਣਗੇ ਆਪਾਂ ਕੀ ਦੇਵਾਂਗੇ? ਆਪਣੇ ਘਰ 'ਚ ਤਾਂ ਬਹੁਤ ਗਰੀਬੀ ਹੈ। ਕਹਿੰਦੀ, ਪੁੱਤਰ ਆਹ ਲੈ ਇੱਕ ਟਕਾ। ਮਾਇਆ ਫੜਾਤੀ, ਕਹਿੰਦੀ, ਆਹ ਟਕਾ ਪੱਲੇ ਬੰਨ ਲੈ, ਕੋਈ ਪਤਾ ਨਹੀਂ ਮਹਾਰਾਜ ਕਦੋਂ ਆ ਜਾਣ। ਕਿਉਂ? ਇੱਕ ਭਰੋਸਾ ਬਣਾਉਣਾ ਸੀ। ਕਹਿੰਦੀ, ਟਕਾ ਰੱਖਿਆ ਕਰ ਕੋਲੇ, ਜਦੋਂ ਵੀ ਮਹਾਰਾਜ ਮਿਲਣ ਟਕਾ ਮੂਹਰੇ ਰੱਖਦੀ, ਆਪਣੇ ਤੋਂ ਇਹੀ ਸਰਦਾ, ਆਖੋ ਸਤਨਾਮ। ਉਹ ਵੀ ਜਿਹੜੇ ਗੁਰੂ ਸਾਹਿਬ ਨੇ ਨਾ ਆਪਣੇ, ਜਾਨੀ ਜਾਨ ਦਿਲਾਂ ਦੀਆਂ ਜਾਣਦਾ, ਜਾਨੀ ਜਾਨ ਦਿਲਾਂ ਦੀਆਂ ਜਾਣਦਾ, ਜਾਨੀ ਜਾਨ ਦਿਲਾਂ ਦੀਆਂ ਜਾਣਦਾ।
ਸਮਝ ਪਛਾਣਦਾ ਬਿਨ ਬੋਲਿਆ ਰਮਝ ਪਛਾਣਦਾ ਜਾਣੀ ਜਾਣ ਦਿਲਾਂ ਦੀਆਂ ਜਾਣੀ ਜਾਣ ਦਿਲਾਂ ਦੀਆਂ ਜਾਣਦਾ ਜਾਣੀ ਜਾਣ ਦਿਲਾਂ ਦੀਆਂ ਜਾਣਦਾ ਕਹਿੰਦੀ ਸਤਿਗੁਰੂ ਜਾਣਦੇ ਨੇ ਤੂੰ ਅੰਦਰੋਂ ਅੰਦਰ ਹੀ ਆਵਾਜ਼ਾਂ ਮਾਰਿਆ ਕਰ ਟਕਾ ਦੇਤਾ ਪੱਲੇ ਬੰਨ ਕੇ ਰੱਖੀ ਪੁੱਤ ਕਹਿੰਦਾ ਮਾਂ ਜਦੋਂ ਮਹਾਰਾਜ ਆਉਣਗੇ ਫਿਰ ਆਪਾਂ ਕੀ ਖਵਾਵਾਂਗੇ ਕਹਿੰਦੀ ਪੁੱਤ ਆਪਾਂ ਗਰੀਬ ਗੁੜ ਦੀ ਰੋੜੀ ਛਕਾ ਕੇ ਨਾ ਗੁੜ ਦੀ ਰੋੜੀ ਪਾਣੀ ਪਿਆ ਦਿਆਂਗੇ ਇੰਨਾ ਹੀ ਬਹੁਤ ਹੈ ਕਹਿੰਦੀ ਚਲੋ ਜੀ ਭਰੋਸਾ ਵੱਜ ਗਿਆ 14-15 ਸਾਲ ਦੀ ਉਮਰ ਹੋ ਗਈ ਪੱਲੇ ਦੀ ਜਵਾਨ ਹੈ ਸੁੰਦਰ ਬੜਾ ਹੈ ਰੋਜ਼ ਮਹਾਰਾਜ ਨੂੰ ਯਾਦ ਕਰਨਾ ਹੁਣ 15 ਸਾਲ ਲੰਘ ਗਏ ਸੀ ਇਹਨੂੰ ਯਾਦ ਕਰਦੇ ਹਾਂ ਅਤੇ ਮਾਂ ਨੇ ਵੀ ਰੋਜ਼ ਅਰਦਾਸਾਂ ਕਰ ਲਈਆਂ ਸਤਿਗੁਰੂ ਸਾਡੀ ਲਾਜਾ ਰੱਖਿਓ ਇੱਕ ਦਿਨ ਫਿਰ ਸਮਾਂ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੇ ਜਾ ਰਹੇ ਸੀ ਬਤਾਲੇ ਨਗਰ ਵਿੱਚ ਜਾ ਕੇ ਦੁਪਹਿਰਾ ਹੋ ਗਿਆ ਗੁਰਮੁਖ ਗਰਮੀ ਵੀ ਬੜੀ ਗਰਮੀਆਂ ਦੇ ਦਿਨ ਅਤੇ ਗੁਰਸਿੱਖ ਕਹਿੰਦੇ ਮਹਾਰਾਜ ਭੁੱਖ ਲੱਗੀ ਹੈ ਵਾਹਵਾ ਸਫ਼ਰ ਤੈਅ ਕਰ ਲਿਆ ਹੁਣ ਆਪਾਂ ਕੁਛ ਛਕਣ ਨੂੰ ਜੀ ਕਰਦਾ ਸਤਿਗੁਰੂ ਹਰਗੋਬਿੰਦ ਸਾਹਿਬ ਬਤਾਲੇ ਪਿੰਡ 'ਚ ਜਾਂਦੇ ਨੇ ਦੁਪਹਿਰ ਦਾ ਸਮਾਂ ਵੱਡਾ ਸਾੜਾ ਬੋਰਡ ਦਾ ਰੁੱਖ ਚੌਂਤਰੇ 'ਤੇ ਨਾ ਕਈ ਬਜ਼ੁਰਗ ਬੈਠੇ ਅੱਗੇ ਪਿੰਡਾਂ 'ਚ ਆਮ ਬਹਿੰਦੇ ਗੁਰਮੁਖੋਂ ਉਹਨਾਂ ਨੂੰ ਪੁੱਛਿਆ ਮਹਾਰਾਜ ਜੀ ਨੇ ਕਹਿੰਦੇ ਭਾਈ ਇੱਥੇ ਕੋਈ ਸਿੱਖਾਂ ਦਾ ਘਰ ਹੈਗਾ ਕਿਉਂਕਿ ਉਦੋਂ ਸਮਾਂ ਇਹ ਜਿਹਾ ਸੀ ਭਾਈ ਦੂਰ ਦੂਰ ਤੱਕ ਸਿੱਖ ਨਹੀਂ ਸੀ ਲੱਭਦਾ ਕੋਈ ਕਹਿੰਦੇ ਸਿੱਖਾਂ ਦਾ ਘਰ ਹੈਗਾ ਉਹ ਸਾਰੇ ਹੀ ਬੋਲ ਪਏ ਕਹਿੰਦੇ ਵੀ ਇੱਥੇ ਤਾਂ ਕੋਈ ਸਿੱਖਾਂ ਦਾ ਘਰ ਨਹੀਂ ਹੈ ਵੀ ਨਹੀਂ ਸੀ ਤੁਹਾਨੂੰ ਕੀ ਕੰਮ ਹੈ ਕਹਿੰਦੇ ਵੀ ਅਸੀਂ ਜਾ ਰਹੇ ਸੀ ਅੱਗੇ ਪ੍ਰਸ਼ਾਦਾ ਛਕਣਾ ਕੌਣ ਹੋ ਤੁਸੀਂ ਇੱਕ ਫਿਰ ਸਿੱਖ ਨੇ ਦੱਸਿਆ ਵੀ ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਛੇਵੇਂ ਪਾਤਸ਼ਾਹ ਫਿਰ ਰਾਇ ਬਣਾ ਲਈ ਕਹਿੰਦੇ ਐਂ ਕਰੋ ਇਹਨਾਂ ਨੂੰ ਪੱਲੇ ਕੇ ਘਰੇ ਭੇਜ ਦਿੰਦੇ ਹਾਂ 30-35 ਇਕੱਠੇ ਹੋ ਕੇ ਆ ਗਏ ਛਕਣਾ ਇਹਨਾਂ ਨੇ ਭੋਜਨ ਪ੍ਰਸ਼ਾਦਾ ਉਹ ਆਪ ਹੀ ਭੁੱਖੇ ਮਰਦੇ ਆ ਉਹਨਾਂ ਦੇ ਘਰੇ ਭੇਜ ਦਿਓ ਨਾਲੇ ਤਾਂ ਗੁਰੂ ਨੂੰ ਪਤਾ ਲੱਗ ਜੂ ਸਾਡੇ ਸਿੱਖ ਕਿਹੋ ਜਿਹੇ ਹੈ ਨਾਲੇ ਆਪਾਂ ਦੇਖ ਲਾਂਗੇ ਗੁਰੂ ਕਿੰਨੇ ਕੁ ਪਾਣੀ 'ਚ ਹੈ ਕਹਿੰਦੇ ਮਜ਼ਾਕ ਉਡਾਇਆ ਗੁਰਮੁਖ ਕਹਿੰਦੇ ਹਾਂਜੀ ਇੱਕ ਘਰ ਹੈਗਾ ਮਹਾਰਾਜ ਕਹਿੰਦੇ ਉਹ ਕਿਹਦਾ ਕਹਿੰਦੇ ਇੱਥੇ ਭਾਈ ਪੱਲਾ ਹੈਗਾ ਉਹ ਕਹਿੰਦੇ ਹੁੰਦੇ ਆ ਵੀ ਸਾਡਾ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਉਸੇ ਨੂੰ ਹੀ ਮਿਲਣਾ ਫਿਰ ਅੱਜ ਦੱਸੋ ਕਿੱਥੇ ਹੈ ਕਿਸੇ ਨੇ ਦੱਸਤਾ ਵੀ ਉਹ ਤਾਂ ਖੇਤ ਗਿਆ ਹੋਇਆ ਗੋਡੀ ਕਰਦਾ ਨਰਮੇ ਦੀ ਅਤੇ ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਭਾਈ ਚੱਲੋ ਖੇਤ ਹੀ ਚੱਲਦੇ ਅੱਜ ਕਿਉਂ ਮਾਂ ਨੇ ਕਿਹਾ ਸੀ ਨਾ ਵੀ ਯਾਦ ਕਰਿਆ ਕਰ ਮਹਾਰਾਜ ਆਉਣਗੇ ਜਦੋਂ ਮਿਲਣ ਟਕਾ ਮੂਹਰੇ ਰੱਖ ਕੇ ਮੱਥਾ ਟੇਕਦੀ ਗੁੜ ਖਵਾ ਕੇ ਪਾਣੀ ਪਿਲਾ ਦੀ ਇੰਨਾ ਹੀ ਸਰਦਾ ਹੁਣ ਮੇਰੇ ਸਤਿਗੁਰੂ ਖੇਤ ਹੀ ਜਾ ਪਹੁੰਚੇ ਅੱਗੇ ਦੁਪਹਿਰ ਦਾ ਸਮਾਂ ਭਾਈ ਪੱਲੇ ਦਾ ਚੌਕੜਾ ਲੱਗਿਆ ਹੋਇਆ ਗਰਮੀ ਵੀ ਬਹੁਤ ਨੇਤਰ ਕੀਤੇ ਬੰਦ
ਚੌਕੜਾ ਲਾ ਕੇ ਨਾ ਦੋਨੇ ਹੱਥ ਧਰ ਕੇ ਗੋਡਿਆਂ 'ਤੇ ਐਂ ਬੈਠਾ ਹੈ, ਜਪੀ ਜਾਂਦਾ ਹੈ। ਲਓ ਸਾਰੇ ਜਪਿਓ 2 ਮਿੰਟ ਵਾਸਤੇ, ਨੇਤਰ ਕਰੋ ਬੰਦ, ਚੌਕੜੇ ਲਾਓ ਸਾਰੀ ਸੰਗਤ, ਕੀ ਆ ਉਹਦੇ ਬਹਾਨੇ ਆਪਣਾ ਵੀ ਭਲਾ ਹੋ ਜੇ। ਵਾਹਿਗੁਰੂ 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 ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਨੂੰ, ਮਨ ਲੋਚਦਾ ਤਰਸ ਦੀਆਂ ਅੱਖੀਆਂ, ਸਤਿਗੁਰ ਜੀ ਮੈਨੂੰ ਦਿਓ ਦਰਸ਼ਨ, ਸਤਿਗੁਰ ਜੀ ਮੈਨੂੰ ਦਿਓ ਦਰਸ਼ਨ, ਦਰਸ਼ਨ ਨੂੰ ਅੱਖੀਆਂ ਤਰਸਦੀਆਂ ਮੇਰੇ ਸਤਿਗੁਰ ਜੀ ਮੈਨੂੰ ਦਿਓ ਦਰਸ਼ਨ, ਸਤਿਗੁਰ ਜੀ ਮੈਨੂੰ ਦਿਓ ਦਰਸ਼ਨ, ਮਹਾਰਾਜ ਕੋਲ ਜਾ ਖਲੋਤੇ ਨਾਲੇ ਤਾਂ ਸਿਮਰਨ ਕੀਤਾ, ਮਹਾਰਾਜ ਦੇ ਦਰਸ਼ਨਾਂ ਲਈ ਬੇਨਤੀਆਂ ਕਰਦਾ, ਇਹਦੀ ਸਮਾਧੀ ਲੱਗੀ ਲੀਨ ਪੂਰਾ, ਮੇਰੇ ਸਤਿਗੁਰੂ ਘੋੜੇ ਤੋਂ ਉਤਰੇ, ਆਪ ਮੋਢਾ ਫੜ ਕੇ ਹਲੂਣਿਆ, ਭਾਈ ਪੱਲਾ ਜੀ ਰੋਜ਼ ਯਾਦ ਕਰਦੇ ਸੀ, ਖੋਲੋ ਨੇਤਰ ਅਸੀਂ ਆ ਗਏ ਹਾਂ। ਕਿੰਨੀ ਕੁ ਖੁਸ਼ੀ ਹੋਈ ਹੋਣੀ ਆ ਗੁਰਮੁਖ,
ਜਦੋਂ ਸਾਹਮਣੇ ਵੇਖਿਆ ਕੌਣ, ਉਹੀ ਸਰੂਪ ਜਿਹੜਾ ਮਾਂ ਨੇ ਦੱਸਿਆ ਸੀ। ਮਾਈਓ, ਤੁਹਾਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਸੁਣਾਈਏ, ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਸੋਭਾ ਸੁਣਾਈਏ, ਨਾਮ ਬਾਣੀ ਨਾਲ ਜੋੜੀਏ। ਐਵੇਂ ਨਾ ਡਰਾਈ ਜਾਇਆ ਕਰੋ ਵੀ ਚੁੱਪ ਕਰ ਜਾ ਨਹੀਂ ਮਾਊ ਆ ਜਾਊਗਾ, ਕਈ ਪਹਿਲਾਂ ਹੀ ਕਮਜ਼ੋਰੇ ਬਣਾ ਦਿੰਦੀਆਂ। ਦਲੇਰੀ ਮਾਂ ਨੇ ਇਹੋ ਜਿਹਾ ਸਿਖਾਇਆ ਸੀ, ਉਹੀ ਸਰੂਪ ਸਾਹਮਣੇ ਜਦੋਂ ਦੇਖਿਆ ਭੱਜ ਕੇ ਉੱਠਿਆ, ਟਕਾ ਮੂਹਰੇ ਰੱਖਿਆ ਮਹਾਰਾਜ ਜੀ ਦੇ, ਮੱਥਾ ਟੇਕਿਆ ਬੜਾ ਪਿਆਰ ਨਾਲ ਲੰਬਾ ਪੈ ਕੇ, ਫਿਰ ਝੋਲੇ ਵਿੱਚੋਂ ਗੁੜ ਕੱਢਿਆ ਥੋੜ੍ਹਾ ਜਿਹਾ, ਗੁਰੂ ਸਾਹਿਬ ਨੂੰ ਛਕਾਇਆ, ਠੰਡਾ ਠੰਡਾ ਜਲ ਬਾਟਾ ਭਰ ਕੇ ਛਕਾਇਆ। ਮਹਾਰਾਜ ਵੀ ਆਨੰਦਿਤ ਹੋ ਗਏ, ਕਿਉਂਕਿ ਗਰਮੀ ਦੇ ਵਿੱਚ ਠੰਡਾ ਜਲ ਛਕਿਆ, ਗੁਰਮੁਖ ਪਿਆਰਿਓ ਬੜੇ ਖੁਸ਼, ਹੱਸੀ ਜਾਂਦੇ ਹੈ, ਹੱਸੇ ਕਾਹਦੇ ਸੀ, ਬਸ ਖੁਸ਼ੀਆਂ ਦੀ ਵਰਖਾ ਕਰੀ ਜਾਂਦੇ। ਜਦੋਂ ਟਕਾ ਮੂਹਰੇ ਰੱਖ ਕੇ ਮੱਥਾ ਟੇਕਿਆ, ਗੁੜ ਛਕਾ ਕੇ ਜਲ ਛਕਾਤਾ, ਹੱਥ ਬੰਨ ਕੇ ਕਹਿੰਦਾ ਸ਼ੁਕਰ ਮਹਾਰਾਜ ਤੁਸੀਂ ਦਰਸ਼ਨ ਦਿੱਤੇ, ਕਦੇ ਫੇਰ ਵੀ ਆਇਓ ਕਹਿੰਦਾ। ਫਿਰ ਮਹਾਰਾਜ ਬੋਲੇ ਛੇਵੇਂ ਪਾਤਸ਼ਾਹ, ਕਹਿੰਦੇ ਕੀ ਗੱਲ ਵਿਦਾ ਕਰਨ ਲੱਗਾ? ਇੱਦਾਂ ਤਾਂ ਉਹ ਕਹਿੰਦੇ ਹੁੰਦੇ ਆ ਵੀ ਚੰਗਾ ਜੀ ਜੀ ਆਇਆਂ ਨੂੰ ਕਦੇ ਫੇਰ ਆਇਓ, ਜਿਨ੍ਹਾਂ ਨੇ ਤੋਰਨਾ ਹੁੰਦਾ। ਕਹਿੰਦਾ ਜੀ ਹਾਂ, ਮੇਰੇ ਮਾਤਾ ਜੀ ਕਹਿੰਦੇ ਹੁੰਦੇ ਵੀ ਸਾਧੂ ਸੰਤ ਮਹਾਤਮਾ ਮਿਲਣ ਜਾਂ ਗੁਰੂ ਮਹਾਰਾਜ ਮਿਲਣ, ਉਹਨਾਂ ਨੂੰ ਬਹੁਤਾ ਸਮਾਂ ਨਹੀਂ ਲਵਾਈਦਾ, ਕਿਉਂਕਿ ਆਪਣੇ ਵਰਗਿਆਂ ਦਾ ਹੋਰ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕਰਨਾ ਹੁੰਦਾ। ਆਖੋ ਸਤਨਾਮ। ਛੇਤੀ ਬੇਨਤੀ ਕਰ ਲੈਣੀ ਚਾਹੀਦੀ ਹੈ, ਜਿਹੜੀ ਵੀ ਹੋਵੇ ਮਨ ਦੀ। ਸਤਿਗੁਰੂ ਬੜੇ ਖੁਸ਼ ਹੋਏ, ਕਹਿੰਦੇ ਮਾਂ ਦੇ ਬਚਨਾਂ 'ਤੇ ਇੰਨਾ ਭਰੋਸਾ ਪੱਲਿਆ, ਇਹ ਤਾਂ ਠੀਕ ਹੈ ਸਮਾਂ ਥੋੜ੍ਹਾ ਹੁੰਦਾ ਹੈ, ਪਰ ਤੇਰੇ ਵਾਸਤੇ ਖੁੱਲ੍ਹਾ ਟਾਈਮ ਲੈ ਕੇ ਆਏ ਹਾਂ, ਇਕੱਲਾ ਗੁੜ ਛਕਾ ਕੇ ਪਾਣੀ ਪਿਆ ਕੇ ਨਾ ਮੋੜ, ਅਸੀਂ ਤਾਂ ਲੰਗਰ ਛਕਣਾ ਹੈ। ਆਖੋ ਸਤਨਾਮ। ਦੇਖੋ ਘਰ 'ਚ ਗਰੀਬੀ ਸੀ ਬਹੁਤ, ਪਰ ਇਹਨੇ ਮੱਥੇ ਵੱਟ ਨਹੀਂ ਪਾਇਆ, ਚਾਅ ਚੜ੍ਹ ਗਿਆ ਮਨ ਨੂੰ, ਕਹਿੰਦਾ ਸਤਿਗੁਰੂ ਇੱਦੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਹੈ, ਜੇ ਲੰਗਰ ਛਕਣਾ ਆ ਜਾਓ ਫਿਰ ਆਪਾਂ ਘਰ ਚੱਲੀਏ, ਆ ਜਾਓ ਮੇਰੇ ਮਗਰ ਮਗਰ। ਮੂਹਰੇ ਮੂਹਰੇ ਭੱਜਿਆ ਜਾਂਦਾ ਹੈ, ਸਤਿਗੁਰੂ ਕਹਿੰਦੇ ਪੱਲੇ ਆ ਸੁਣ। ਹਾਂ ਮਹਾਰਾਜ ਦੱਸੋ। ਕਹਿੰਦਾ ਕਹਿੰਦੇ ਗਰਮੀ ਹੈ, ਨੰਗੇ ਪੈਰੀ ਤੱਤੇ ਰੇਤੇ 'ਚ ਨਾ ਭੱਜ, ਸਿੱਖ ਦੇ ਨਾਲ ਘੋੜੇ 'ਤੇ ਬਹਿ ਜਾ ਕਹਿੰਦੇ। ਪਰ ਕਿੱਥੇ ਉੱਥੇ ਗੁਰਮੁਖ ਪਿਆਰਿਓ, ਪ੍ਰਭੂ ਦੇ ਪਿਆਰਿਆਂ ਨੂੰ ਗਰਮੀ ਤੇ ਸਰਦੀ ਕਾਦੀ, ਪ੍ਰਭੂ ਦੇ ਪਿਆਰਿਆਂ ਨੂੰ ਗਰਮੀ ਤੇ ਸਰਦੀ ਕਾਦੀ, ਗਰਮੀ ਤੇ ਸਰਦੀ ਕਾਦੀ, ਭੱਜਿਆ ਜਾਂਦਾ ਨਾਲੇ ਉੱਚੀ ਉੱਚੀ ਆਵਾਜ਼ਾਂ ਦਿੰਦਾ ਜਾਂਦਾ। ਕਹਿੰਦਾ ਪਿੰਡ ਵਾਲਿਓ, ਤੁਸੀਂ ਕਹਿੰਦੇ ਹੁੰਦੇ ਸੀ ਵੀ ਤੇਰੀ ਮਾਂ ਤਾਂ ਕਮਲੀ ਸੀਗੀ, ਤੂੰ ਵੀ ਕਮਲਾ ਹੋਇਆ ਫਿਰਨਾ, ਐਵੇਂ ਗੁਰੂ ਗੁਰੂ ਕਰਦੇ ਹੋ, ਕਿਹੜਾ ਤੁਹਾਡੇ ਗੁਰੂ ਆਊਗਾ? ਆਹ ਵੇਖੋ ਕਹਿੰਦਾ, ਆ ਗਏ ਮੇਰੇ ਜੀ ਸੱਚੇ ਪਾਤਸ਼ਾਹ, ਆ ਗਏ ਮੇਰੇ ਜੀ ਸੱਚੇ ਪਾਤਸ਼ਾਹ,
ਝੂਲਦੇ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਚਾ ਨਾ ਚੱਕਿਆ ਜਾਵੇ ਭੱਜੇ ਹੀ ਜਾਂਦਾ ਹੈ ਜਦੋਂ ਉੱਚੀ ਉੱਚੀ ਐਂ ਦੁਪਹਿਰੇ ਦੁਪਹਿਰੇ ਵਾਜਾਂ ਦੇਵੇ ਲੋਕ ਕੋਠਿਆਂ 'ਤੇ ਚੜ੍ਹ ਗਏ ਵੀ ਇਹਨਾਂ ਨੂੰ ਕੀ ਹੋ ਗਿਆ। ਦੇਖਿਆ ਗੁਰੂ ਹਰਗੋਬਿੰਦ ਸਾਹਿਬ 30-35 ਸਿੱਖ ਮੰਗਰ ਮੰਗਰ ਘੋੜਿਆਂ 'ਤੇ ਸਵਾਰ ਐਂ ਗੂੰਜਾਂ ਹੀ ਪੈਂਦੀਆਂ ਜਾਣ ਗੁਰਮੁਖੋ। ਜਦੋਂ ਘਰੇ ਗਿਆ ਦਰਵਾਜ਼ਾ ਖੜਕਾਵੇ ਮਾਂ ਛੇਤੀ ਦਰਵਾਜ਼ਾ ਖੋਲ। ਡਰ ਗਈ ਕੀ ਹੋ ਗਿਆ ਪੱਲਿਆ ਤੈਨੂੰ ਦੁਪਹਿਰੇ ਦੁਪਹਿਰੇ ਇੰਨਾ ਹੰਭਲੇ ਪਿਆ ਹੋਇਆ। ਕਹਿੰਦਾ ਵੇਖ ਕੌਣ ਆਇਆ, ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਮਾਂ ਨੂੰ ਵੀ ਯਕੀਨ ਨਾ ਆਇਆ, ਕਹਿੰਦੀ ਵੇ ਪੁੱਤ ਲੋਕ ਤਾਂ ਮਜ਼ਾਕ ਕਰਦੇ ਹੀ ਸੀ, ਤੂੰ ਵੀ ਲੱਗ ਗਿਆ। ਕਹਿੰਦਾ ਨਾ ਮਾਂ ਵੇਖ, ਜਦੋਂ ਗੁਰਮੁਖ ਪਿਆਰੇ ਉਹ ਦਰਵਾਜ਼ਾ ਖੋਲਿਆ ਬੜੀ ਹੈਰਾਨ ਹੋਈ। ਖੜਾ ਹੈ ਦੁਆਰੇ ਸਤਿਗੁਰ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਸਤਿਗੁਰ ਬੰਨਿਆ ਪ੍ਰੇਮ ਦਾ, ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ। ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਚੜ੍ਹ ਗਿਆ ਗੁਰਮੁਖ ਪਿਆਰਿਓ ਦਰਸ਼ਨ ਭੇਟ ਤਰੀ ਸਖੀ ਭੁੱਲ ਗਈ ਸੁੱਧ ਸਾਤ। ਸੱਤੇ ਸੁੱਧਾਂ ਭੁੱਲ ਗਈਆਂ, ਪਤਾ ਹੀ ਨਾ ਲੱਗੇ ਹੁਣ ਕੀ ਕਰਾਂ, ਚਾਹੀ ਇੰਨਾ। ਭੱਜ ਕੇ ਮਹਾਰਾਜ ਨੂੰ ਮੱਥਾ ਟੇਕਿਆ, ਮੰਜਾ ਡਾਹਤਾ, ਚਾਦਰ ਵਿਛਾਤੀ ਗੁਰਮੁਖ। ਸਤਿਗੁਰੂ ਬੈਠ ਗਏ, ਸੱਜ ਗਏ ਆਸਣ 'ਤੇ, ਗੁਰਸਿੱਖ ਵੀ ਬੰਨ ਕੇ ਆਲੇ ਦੁਆਲੇ ਘੋੜੇ 'ਤੇ ਬਹਿ ਗਏ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਬੀਬਾ ਭੁੱਖ ਬਹੁਤ ਲੱਗੀ ਹੈ, ਲੰਗਰ ਛਕਣਾ। ਜਦੋਂ ਇੰਨਾ ਬਚਨ ਮਹਾਰਾਜ ਨੇ ਕਿਹਾ ਨਾ, ਕਹਿੰਦੀ ਸਤ ਬਚਨ ਪਾਤਸ਼ਾਹ ਜ਼ਰੂਰ ਛਕਾਵਾਂਗੇ। ਬਰਤਨ ਲੈ ਕੇ ਘਰੋਂ ਬਾਹਰ ਨੂੰ ਜਾਣ ਲੱਗੀ ਹੈ। ਕਹਿੰਦੇ ਹਾਲਾਤ ਇਹ ਜੇ ਸੀ ਉਸ ਦਿਨ, ਘਰ ਵਿੱਚ ਆਟਾ ਦੋ ਜਣਿਆਂ ਦਾ ਪ੍ਰਸ਼ਾਦਾ ਮਸਾਂ ਹੀ ਬਣਨਾ ਸੀ, ਕਿਉਂਕਿ ਗਰੀਬੀ ਸੀ, ਇੱਕ ਟਾਈਮ ਖਾਂਦੇ, ਕਈ ਕਈ ਡੰਗ ਭੁੱਖੇ ਕੱਟਦੇ ਸੀ। ਹੁਣ ਭਾਂਡਾ ਲੈ ਕੇ ਲੱਗੀ ਬਾਹਰ ਨੂੰ ਜਾਣ, ਸਤਿਗੁਰੂ ਵੀ ਜਾਣੀ ਜਾਣ। ਕਹਿੰਦੇ ਬੀਬੀ ਕਿਤੇ ਜਾਣ ਦੀ ਲੋੜ ਨਹੀਂ ਹੈ, ਜੋ ਹੈਗਾ ਉਹ ਬਣਾ ਲੈ। ਜਿਹੜੇ ਆਏ ਨੇ ਇਹ ਵੀ ਸਬਰ ਸੰਤੋਖ ਵਾਲੇ ਆ, ਆਖੋ ਸਤਨਾਮ। ਮਹਾਰਾਜ ਨੂੰ ਪਤਾ ਸੀ, ਪਿੰਡ ਵਾਲਿਆਂ ਨੇ ਰਾਏ ਬਣਾ ਲਈ ਸੀ ਵੀ ਜੇ ਕੁਛ ਮੰਗਣ ਆਉਣ ਆਪਾਂ ਨਹੀਂ ਦੇਣਾ,
ਇਹਨਾਂ ਨੂੰ ਪਤਾ ਲੱਗੂ, ਦੇਖਦੇ ਹਾਂ ਕੀ ਖਵਾਉਂਦੇ ਹੈ। ਮਹਾਰਾਜ ਜਾਣੀ ਜਾਣਸੀ ਕਹਿੰਦੇ ਧੀਏ ਕਿਤੇ ਨਾ ਜਾ, ਜੋ ਹੈਗਾ ਉਹੀ ਤਿਆਰ ਕਰ ਲੈ। ਬੀਬੀ ਨੇ ਦਾਲਾ ਧਰਤਾ, ਜਦੋਂ ਆਟਾ ਦੇਖਿਆ ਹਾਰੇ ਦੇ ਵਿੱਚ, ਮਿੱਟੀ ਦੇ ਹਾਰੇ ਹੁੰਦੇ, ਉਦੋਂ ਪੁਰਾਣੀਆਂ ਮਾਈਆਂ ਬੈਠੀਆਂ ਇਹਨਾਂ ਨੂੰ ਪਤਾ ਹੋਣਾ ਆਟਾ ਇੰਨਾ। ਕਹਿੰਦੇ ਦੋ ਚਾਰ ਪ੍ਰਸ਼ਾਦੇ ਮਸਾਂ ਹੀ ਬਣਨੇ ਸੀ। ਆਟਾ ਗੁੰਨ ਲਿਆ, ਪ੍ਰਸ਼ਾਦੇ ਬਣਾ ਲਏ ਦੋ। ਪੱਲੇ ਨੂੰ ਕਹਿੰਦੇ ਪੁੱਤ ਪੱਲਿਆ, ਐਂ ਕਰ ਕੌਲੀ ਦੇ ਵਿੱਚ ਦਾਲ ਮੈਂ ਪਾਤੀ, ਮਹਾਰਾਜ ਜੀ ਦੇ ਹੱਥ ਸੁੱਚੇ ਕਰਵਾ ਦੇ ਪਹਿਲਾਂ। ਉਹਨੇ ਥਾਲ ਲੈ ਕੇ ਖੱਦਰ ਦਾ ਪੋਣਾ ਲਿਆ, ਮਹਾਰਾਜ ਜੀ ਦੇ ਹੱਥ ਸੁੱਚੇ ਕਰਵਾ ਕੇ ਹੱਥ ਸਾਫ਼ ਕੀਤੇ, ਥਾਲ ਵਿੱਚ ਰੱਖ ਕੇ ਦੋ ਪ੍ਰਸ਼ਾਦੇ ਦਾਲਾਂ ਢੱਕ ਕੇ ਨਾ ਪੋਣੇ ਦੇ ਨਾਲ ਗੁਰੂ ਸਾਹਿਬ ਕੋਲ ਲੈ ਗਿਆ। ਲਓ ਮਹਾਰਾਜ ਲੰਗਰ ਛਕੋ। ਮਾਂ ਇਹ ਸੋਚਦੀ ਸੀ ਵੀ ਪੱਲਿਆ ਗੁਰੂ ਜੀ ਨੂੰ ਛਕਾ ਦੇ, ਬਾਕੀਆਂ ਦਾ ਫੇਰ ਦੇਖਾਂਗੇ ਆਪਾਂ। ਅਤੇ ਪਿੰਡ ਵਾਲੇ ਕੋਠੇ 'ਤੇ ਚੜ੍ਹੇ ਬੈਠੇ ਵੀ ਦੇਖਦੇ ਹਾਂ ਕੀ ਖਵਾਉਂਦੇ ਹੈ। ਜਦੋਂ ਮਹਾਰਾਜ ਕੋਲ ਲੈ ਕੇ ਗਿਆ ਨਾ ਪ੍ਰਸ਼ਾਦਾ, ਲਓ ਮਹਾਰਾਜ ਤੁਸੀਂ ਛਕੋ, ਪਹਿਲਾਂ ਭੋਗ ਲਾਓ। ਗੁਰੂ ਹਰਗੋਬਿੰਦ ਸਾਹਿਬ ਹੱਸ ਪਏ, ਆਲੇ ਦੁਆਲੇ ਦੇਖ ਕੇ ਕਹਿੰਦੇ ਪੱਲਿਆ ਤੇਰੇ ਪਿੰਡ ਵਾਲੇ ਕੋਠਿਆਂ 'ਤੇ ਬੈਠੇ ਝਾਕੀ ਜਾਂਦੇ ਆ, ਪਹਿਲਾਂ ਇਹਨਾਂ ਨੂੰ ਹੀ ਨਾ ਛਕਾ ਲਈਏ, ਆਪਾਂ ਫਿਰ ਛਕ ਲਾਂਗੇ। ਹੁਣ ਵਿਚਲੀ ਗੱਲ ਪੱਲਾ ਜਾਣਦਾ ਸੀ, ਕਹਿੰਦਾ ਮਹਾਰਾਜ ਪਹਿਲਾਂ ਤੁਸੀਂ ਛਕ ਲਓ। ਇੰਨੇ ਨੂੰ ਸਤਿਗੁਰੂ ਜੀ ਨੇ ਆਵਾਜ਼ ਹੀ ਦੇ ਲਈ, ਕਹਿੰਦੇ ਆ ਜਾਓ ਭਾਈ, ਆ ਜਾਓ, ਪਹਿਲਾਂ ਤੁਸੀਂ ਛਕ ਲਓ, ਅਸੀਂ ਫਿਰ ਛਕ ਲਾਂਗੇ। ਹੁਣ ਖੇਡ ਵਰਤਾਉਣੀ ਸੀ ਗੁਰਮੁਖ ਪਿਆਰਿਓ, ਅਤੇ ਉਹ ਵੀ ਇਹੋ ਜਿਹੇ ਦੇਖੇ, ਕਹਿੰਦੇ ਸਾਰੇ ਹੀ ਉਤਰ ਆਏ, ਕਹਿੰਦੇ ਲਿਆਓ ਜੀ ਫਿਰ ਛਕਾਓ। ਮਹਾਰਾਜ ਆਪ ਆਸਣ ਤੋਂ ਉੱਠੇ, ਬੀਬੀ ਕੋਲ ਚੁੱਲ੍ਹੇ 'ਤੇ ਚਲੇ ਗਏ। ਕਹਿੰਦੇ ਧੀਏ ਗੁਰੂ ਦਾ ਅਤੇ ਸਿੱਖ ਦਾ ਇਹੀ ਨਾਤਾ, ਔਖੇ ਵੇਲੇ ਪੜਦਾ ਕੱਜਦੇ ਨੇ। ਲੈ ਪੱਲਾ ਨਾ ਚੱਕੀ, ਲੰਗਰ ਬਣਾਈ ਚੱਲ, ਸੰਗਤਾਂ ਨੂੰ ਅਸੀਂ ਛਕਾਵਾਂਗੇ, ਤੇਰੇ ਘਰ ਘਾਟਾ ਨਹੀਂ ਆ ਸਕਦਾ। ਗੁਰੂ ਹਰਗੋਬਿੰਦ ਸਾਹਿਬ ਨਾਲ ਦੇ ਸਿੱਖਾਂ ਨੂੰ ਕਹਿੰਦੇ ਗੁਰਸਿੱਖੋ ਆਪਾਂ ਛਕਾਂਗੇ ਬਾਅਦ 'ਚ, ਪਹਿਲਾਂ ਪਿੰਡ ਵਾਲੀ ਸੰਗਤ ਨੂੰ ਛਕਾਓ। ਨਾਲ ਲੱਗ ਗਏ ਗੁਰਸਿੱਖ, ਪਿੰਡ ਵਾਲੇ ਕਈ ਬੈਠੇ ਹੈ। ਮਾਈ ਕੁੰਤੀ ਲੰਗਰ ਬਣਾਈ ਗਈ, ਪੱਲੇ ਦੀ ਮਾਤਾ ਲੰਗਰ ਬਣਾਈ ਗਈ, ਗੁਰਸਿੱਖ ਨਾਲ ਲੱਗ ਗਏ, ਪਿੰਡ ਵਾਲਿਆਂ ਨੂੰ ਛਕਾਈ ਗਏ। ਇਤਿਹਾਸ ਗਵਾਹ ਹੈ, ਸਾਰੇ ਪਿੰਡ ਨੇ ਲੰਗਰ ਛਕ ਲਿਆ। ਕਹਿੰਦੇ ਆਟਾ ਹੀ ਨਾ ਮੁੱਕਿਆ, ਉਨਾ ਹੀ ਪਿਆ ਗੁਰਮੁਖੋ। ਫਿਰ ਗੁਰਸਿੱਖਾਂ ਨੇ ਛਕਿਆ, ਗੁਰੂ ਹਰਗੋਬਿੰਦ ਸਾਹਿਬ ਨੇ ਛਕਿਆ, ਭਾਈ ਪੱਲੇ ਨੇ ਛਕਿਆ। ਮਾਤਾ ਨੂੰ ਕਹਿੰਦੇ ਹੁਣ ਤੁਸੀਂ ਵੀ ਬੈਠੋ। ਫਿਰ ਪੱਲੇ ਦੀ ਮਾਤਾ ਨੂੰ ਵੀ ਪ੍ਰਸ਼ਾਦਾ ਛਕਾ ਤਾ, ਆਟਾ ਮੁੱਕਿਆ ਹੀ ਨਹੀਂ, ਉਨਾ ਹੀ ਪਿਆ ਰਿਹਾ। ਆਖੋ ਸਤਨਾਮ। ਮੁੱਕਦਾ ਵੀ ਕਿਵੇਂ ਭਾਈ, ਜਿੱਥੇ ਆਪ ਵਾਹਿਗੁਰੂ ਹੋਵੇ ਘਾਟਾ ਉੱਥੇ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਘਾਟਾ ਉੱਥੇ ਕਿਹੜੀ ਗੱਲ ਦਾ, ਆਪ ਵਾਹਿਗੁਰੂ ਹੋਵੇ ਘਾਟਾ ਉੱਥੇ ਕਿਹੜੀ ਗੱਲ ਦਾ, ਬੋਲੋ ਭਾਈ ਮਾਈਆਂ, ਜਿੱਥੇ
ਜਿੱਥੇ ਆਪ ਵਾਹਿਗੁਰੂ ਹੋਵੇ ਘਾਟਾ ਉੱਥੇ ਕਿਹੜੀ ਗੱਲ ਦਾ, ਜਿੱਥੇ ਆਪ ਵਾਹਿਗੁਰੂ ਹੋਵੇ ਘਾਟਾ ਉੱਥੇ ਕਿਹੜੀ ਗੱਲ ਦਾ, ਸਾਰਾ ਪਿੰਡ ਸਾਰੇ ਗੁਰਸਿੱਖ ਗੁਰੂ ਸਾਹਿਬਾਨ ਭਾਈ ਪੱਲਾ ਪੱਲੇ ਦੇ ਮਾਤਾ ਜੀ ਪ੍ਰਸ਼ਾਦਾ ਛਕ ਗਏ। ਆਟਾ ਫੇਰ ਵੀ ਉਹਨਾਂ ਸ਼ੁਕਰ ਕੀਤਾ ਮਾਂ ਨੇ, ਸ਼ੁਕਰ ਹੈ ਸੱਚੇ ਪਾਤਸ਼ਾਹ ਸਾਡੀ ਲਾਜ ਰੱਖ ਲਈ। ਮਹਾਰਾਜ ਕਹਿੰਦੇ ਬੀਬਾ ਤੁਸੀਂ ਜਨਮ ਤੋਂ ਲਾ ਕੇ ਹੁਣ ਤੱਕ ਗੁਰੂ ਘਰ 'ਤੇ ਭਰੋਸਾ ਰੱਖਿਆ, ਦੁੱਖ ਤਕਲੀਫਾਂ ਵੀ ਆਈਆਂ ਪਰ ਗੁਰੂ ਨਾਨਕ ਦੇ ਦਰਬਾਰ ਦਾ ਪੱਲਾ ਨਹੀਂ ਛੱਡਿਆ। ਮਾਤਾ ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ, ਹਰੀਆਂ ਬੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ ਬੇਲਾਂ ਧਰਮ ਦੀਆਂ। ਮੇਰੇ ਸਤਿਗੁਰੂ ਕਹਿੰਦੇ ਬੀਬਾ ਤੇਰੀ ਵੇਲ ਵਧੇ। ਇਹ ਬੀਬੀ ਰੋ ਪੀ ਕਹਿੰਦੀ ਮਹਾਰਾਜ ਇਕੱਲਾ ਹੀ ਪੁੱਤਰ ਹੈ ਮੇਰਾ, ਸਾਡੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਵੀ ਕਿਤੇ ਕੁਛ ਮੰਗ ਹੀ ਨਾ ਲੈਣ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਇਹਦੀ ਤਾਂ ਦੁਨੀਆਂ 'ਚ ਜੈ ਜੈਕਾਰ ਹੋਣੀ ਹੈ, ਬਚਨ ਹੋ ਗਿਆ। ਇਹਨੇ ਕਹਿੰਦੇ ਇੱਕ ਗੁਰਸਿੱਖ ਬੈਠਾ ਸੀ, ਉਹ ਕਹਿੰਦਾ ਮਹਾਰਾਜ ਜਿੱਥੇ ਤੁਹਾਡੇ ਚਰਨ ਪੈ ਗਏ ਉੱਥੇ ਤਾਂ ਭਾਗ ਲੱਗਣੇ ਹੀ ਲੱਗਣੇ ਹੈ, ਬਾਕੀ ਇਹੋ ਜਿਹਾ ਭਰੋਸੇ ਵਾਲਾ ਗੁਰਸਿੱਖ ਮੈਨੂੰ ਕਿਤੇ ਰੋਜ਼ ਰੋਜ਼ ਲੱਭਣਾ? ਮੇਰੀ ਲੜਕੀ ਜਵਾਨ ਹੈ, ਮੈਂ ਰਿਸ਼ਤਾ ਕਰਨਾ ਚਾਹੁੰਦਾ, ਹੋ ਗਏ ਵਾਰੇ ਨਿਆਰੇ। ਮਹਾਰਾਜ ਜਿੱਥੇ ਆਪ ਵਿੱਚ ਵਿਚੋਲੇ ਬਣ ਜਾਣ ਫਿਰ ਕਾਹਦੇ ਘਾਟੇ ਹੋਣੇ ਸੀ ਗੁਰਮੁਖੋ। ਸਤਿਗੁਰੂ ਜੀ ਨੇ ਸਾਰਾ ਕਾਰਜ ਫਿਰ ਆਪਣੇ ਹੱਥੀਂ ਕਰਵਾਇਆ। ਆਖੋ ਸਤਨਾਮ। ਮਾਣ ਇੰਨਾ ਬਖਸ਼ਿਆ, ਮਹਾਰਾਜ ਦੇ ਚਰਨ ਪੈ ਗਏ। ਉਦੋਂ ਤਾਂ ਲੋਕ ਕਹਿੰਦੇ ਸੀ ਕਿਹੜਾ ਗੁਰੂ, ਕੌਣ ਆਉਣਾ ਤੁਹਾਡੇ, ਹਾਲਾਤ ਵੀ ਗਰੀਬੀ ਦੇ ਸੀ, ਪਰ ਇਹ ਨਹੀਂ ਬਦਲੇ। ਮਰਦ ਵੋ ਨਹੀਂ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦਿੱਤੇ ਹੈ। ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਭਾਗ ਇਹੋ ਜਿਹੇ ਲੱਗੇ, ਉਦੋਂ ਤਾਂ ਸਾਰਾ ਪਿੰਡ ਮਨਮਤੀਆਂ ਦਾ ਸੀ, ਪਰ ਹੁਣ ਬਾਬਾ ਪੱਲਾ ਕਰਕੇ ਲੋਕ ਪੂਜਦੇ ਹੈ ਗੁਰਮੁਖੋ। ਬਾਬਾ ਪੱਲਾ ਕਰਕੇ ਨਾ ਦੁਨੀਆਂ ਭਰ ਦੀ ਸੰਗਤ ਜਾ ਜਾ ਕੇ ਨਮਸਕਾਰਾਂ ਕਰਦੀ ਹੈ,
ਉੱਥੋਂ ਸੁੱਖ ਮੰਗਦੀ ਹੈ। ਮਹਾਰਾਜ ਜੀ ਕਹਿੰਦੇ ਸੀ ਪਿੰਡ ਵਾਲਿਓ, ਗੁਰੂ ਨਾਨਕ ਦੀ ਕਿਰਪਾ ਹੋਈ ਹੈ ਇਸ ਪਰਿਵਾਰ 'ਤੇ। ਅਤੇ ਪਿੰਡ ਵਾਲੇ ਕਹਿੰਦੇ ਮਹਾਰਾਜ ਇਹ ਤਾਂ ਆਪ ਹੀ ਇੱਕ ਡੰਗ ਖਾਂਦੇ ਸੀ, ਕਈ ਡੰਗ ਭੁੱਖੇ ਸੌਂਦੇ ਸੀ, ਸਾਨੂੰ ਪਤਾ ਇਹਨਾਂ ਨੇ ਨਹੀਂ ਖਵਾ ਸਕਣਾ ਸੀ ਪਿੰਡ ਨੂੰ ਪ੍ਰਸ਼ਾਦਾ, ਇਹ ਤਾਂ ਤੁਸੀਂ ਕਿਰਪਾ ਕੀਤੀ ਹੈ, ਸਾਨੂੰ ਕਰ ਦਿਓ ਮਾਫ਼, ਸਾਨੂੰ ਨਹੀਂ ਸੀ ਪਤਾ ਐਡੀ ਵੱਡੀ ਕਲਾ ਤੁਹਾਡੇ ਵਿੱਚ, ਅਸੀਂ ਤਾਂ ਤੁਹਾਡਾ ਮਜ਼ਾਕ ਉਡਾਇਆ ਸੀ। ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੇ ਹੁਣ ਮਾਫ਼ੀ ਮਿਲਣੀ ਹੈ ਤਾਂ ਮਾਫ਼ੀ ਭਾਈ ਪੱਲਾ ਹੀ ਦੇ ਸਕਦਾ। ਆਖੋ ਸਤਨਾਮ, ਮਨ ਮਤ ਦਾ ਖਹਿੜਾ ਛੱਡੋ, ਜਿਹੜੇ ਚਾਹੁੰਦੇ ਹੋ ਸਾਡਾ ਭਲਾ ਹੋਵੇ, ਜੋ ਚਾਹੀਦਾ ਭਾਈ ਪੱਲੇ ਤੋਂ ਅਰਦਾਸ ਕਰਾ ਦਿਓ, ਗੁਰੂ ਨਾਨਕ ਤੁਹਾਡੇ ਖਜ਼ਾਨੇ ਭਰ ਦੇਣਗੇ। ਆਖੋ ਸਤਨਾਮ। ਦੇਖੋ ਪਿਆਰਿਓ, ਗੁਰੂ ਨਾਨਕ ਦੇ ਘਰ ਦਾ ਮੁੱਖ ਸੇਵਾਦਾਰ ਬਣਾਇਆ ਭਾਈ ਪੱਲੇ ਨੂੰ। ਫਿਰ ਦੁਨੀਆ ਭਰ ਦੀ ਸੰਗਤ ਆਉਂਦੀ, ਕੋਈ ਕਹਿੰਦਾ ਭਾਈ ਪੱਲਾ ਜੀ ਮੇਰੀ ਅਰਦਾਸ ਕਰੋ ਮੇਰੇ ਘਰ ਵਿੱਚ ਪੁੱਤਰ ਹੋ ਜੇ, ਕੋਈ ਕਹਿੰਦਾ ਇਹਨੂੰ ਕੰਮ ਧੰਦਾ ਮਿਲ ਜੇ, ਕੋਈ ਕਹਿੰਦਾ ਸਾਡਾ ਘਰ ਬਣ ਜਾਵੇ, ਕੋਈ ਕਹਿੰਦਾ ਕਮਾਈ ਤਾਂ ਬਹੁਤ ਕਰਦੇ ਹਾਂ ਬਰਕਤ ਨਹੀਂ ਬਰਕਤ ਪੈ ਜੇ। ਭਾਈ ਪੱਲਾ ਜਿਹਦੀ ਅਰਦਾਸ ਕਰ ਦਿੰਦਾ ਨਾ, ਬੇੜੇ ਹੀ ਤਰ ਜਾਂਦੇ ਸੀ ਗੁਰਮੁਖ। ਬੜੀ ਦੁਨੀਆ ਦਾ ਭਲਾ ਕੀਤਾ। ਅੱਜ ਬਾਬਾ ਪੱਲਾ ਜੀ ਕਰਕੇ ਸਾਧ ਸੰਗਤ ਜੀ ਭਾਈ ਪੱਲੇ ਦੀ ਪੂਜਾ ਹੁੰਦੀ ਹੈ। ਗੁਰਦੁਆਰਾ ਸਾਹਿਬ ਬਣਿਆ ਬਤਾਲੇ ਨਗਰ ਵਿੱਚ, ਸਾਰਾ ਪਿੰਡ ਤਰ ਗਿਆ। ਬਾਣੀ ਦਾ ਫੈਸਲਾ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਘਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇੰਨੀ ਕੀ ਬੇਨਤੀ ਪ੍ਰਵਾਨ ਕਰਿਓ, ਇਸ ਇਤਿਹਾਸ ਵਿੱਚੋਂ ਕੁਛ ਸਿੱਖਿਆ ਪੱਲੇ ਬੰਨ੍ਹ ਕੇ ਲਿਜਾਣੀ ਹੈ ਆਪਾਂ। ਠੀਕ ਹੈ, ਗਰੀਬੀ ਅਮੀਰੀ ਬੰਦਿਆਂ 'ਤੇ ਹੀ ਹੁੰਦੀ ਹੈ, ਪਰ ਯਾਦ ਰੱਖਿਓ ਹੱਸਣਾ ਨਹੀਂ ਚਾਹੀਦਾ। ਜੇ ਕੋਈ ਗਰੀਬ ਹੈ ਦੁਖੀ ਹੈ ਨਾ, ਬਿਪਤਾ ਆ ਗਈ ਕਿਸੇ ਦੀ ਗਰੀਬੀ ਉੱਤੇ ਹੱਸਣਾ ਨਹੀਂ ਚਾਹੀਦਾ, ਕਿਸੇ ਦੀ ਗਰੀਬੀ ਉੱਤੇ ਹੱਸਣਾ ਨਹੀਂ। ਕਦਰਾਂ 'ਤੇ ਮਚਣਾ ਨਹੀਂ ਚਾਹੀਦਾ, ਕਿਸੇ ਦੇ ਮੁਕੱਦਰਾਂ 'ਤੇ ਮਚਣਾ ਨਹੀਂ ਚਾਹੀਦਾ। ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ, ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ, ਉੱਚੇ ਨਾ ਬੋਲ ਬੋਲੀਏ, ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ।
ਕਿਸੇ ਦੀ ਗਰੀਬੀ ਉੱਤੇ ਕਿਸੇ ਦੇ ਮੁਸ਼ਕਲ ਦੇ ਸਮੇਂ ਉੱਤੇ ਹੱਸਣਾ ਨਹੀਂ ਚਾਹੀਦਾ, ਸਗੋਂ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਵੀ ਦੁੱਖ ਦਾ ਸਮਾਂ ਆ ਜਾਏ ਤਾਂ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਗੁਰੂ ਮਹਾਰਾਜ 'ਤੇ ਭਰੋਸਾ ਰੱਖਣਾ ਹੈ। ਫਿਰ ਮਾਲਕ ਐਂ ਭਾਈ ਪੱਲੇ ਵਾਂਗੂ ਆਪਣੇ ਸੇਵਕਾਂ ਦੀ ਲੱਜਾ ਰੱਖਦਾ। ਆਖੋ ਸਤਨਾਮ। ਆ ਹੈ ਗੁਰੂ ਘਰ ਦੀ ਵਡਿਆਈ ਭਾਈ, ਆ ਹੈ ਜੁੜਨ ਦਾ ਫਲ। ਹੁਣ ਮਰਜ਼ੀ ਤੁਹਾਡੀ ਹੈ ਤੁਰਨਾ ਕਿਹੜੇ ਪਾਸੇ ਹੈ, ਪਰ ਅਸੀਂ ਚਾਹੁੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ। ਜੋ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਗੁਰੂ ਸਾਹਿਬ ਸਮਝਾਉਂਦੇ ਨੇ, ਉਸੇ ਤਰ੍ਹਾਂ ਦਾ ਆਪਣਾ ਜੀਵਨ ਬਣਾ ਲਈਏ। ਫਿਰ ਭਾਈ ਜਿਉਂਦੇ ਜਿਉਂਦੇ ਰੱਬ ਦੇ ਗੁਣ ਗਾਉਂਦੇ ਗਾਉਂਦੇ ਰੱਬ ਵਿੱਚ ਹੀ ਸਮਾ ਜਾਈਏ। ਆਖੋ ਸਤਨਾਮ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਿਆਰ ਅਦਬ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਗੁਰ ਇਤਿਹਾਸ ਸੁਣਿਆ। ਸਰੋਤੇ ਹੋਣ ਗੁਰਮੁਖੋ ਸੁਣਾਉਣ ਨੂੰ ਵੀ ਫੇਰ ਹੀ ਮਨ ਕਰਦਾ। ਸੋ ਬੜੇ ਪਿਆਰ ਇਕਾਗਰਤਾ ਦੇ ਨਾਲ ਆਪ ਜੀ ਨੇ ਹਾਜ਼ਰੀ ਲਵਾਈ। ਧੰਨਵਾਦ ਸ਼੍ਰੀਮਾਨ ਸੰਤ ਬਾਬਾ ਮੁਖਤਿਆਰ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਰੇ ਹੀ ਸੇਵਾਦਾਰ ਜਿਹੜੇ ਮਹਾਨ ਜੱਗ ਸੇਵਾ ਦਾ ਕੁੰਭ ਚਲਾਉਂਦੇ ਨੇ। ਅਤੇ ਆਪਾਂ ਨੂੰ ਵੀ ਭਾਈ ਸਤਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ। ਕੋਟਾਨਕੋਟ ਵਾਰ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਰਾਤਰੀ ਦੇ ਸਮਾਗਮ ਚੱਲ ਰਹੇ ਨੇ। ਇਸੇ ਤਰ੍ਹਾਂ ਕੱਲ੍ਹ ਨੂੰ ਵੀ ਵੱਧ ਚੜ੍ਹ ਕੇ ਹਾਜ਼ਰੀ ਆਪਾਂ ਭਰਨੀ ਹੈ, ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ। ਸੋ ਆਓ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਖਿਮਾ ਮੰਗਦੇ ਹਾਂ। ਹੁਣ ਸਮਾਪਤੀ ਜੀ ਜੋ ਸੇਵਾ ਇੱਥੋਂ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਜੀ ਉਹ ਕਰਨਗੇ, ਸਾਡੇ ਵੱਲੋਂ ਹੋਈ ਭੁੱਲ ਚੁੱਕ ਦੀ ਖਿਮਾ। ਬੁਲਾਓ ਫਤਿਹ ਪਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।